ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਅਮਿਓ ਦ੍ਰਿਸ਼ਟ ਸ਼ੁਭ ਕਰ ਹਰੈ ਅਕ ਪਾਪ ਸਕਲ ਮਨ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵ ਨਿਤ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਨ ਸੁਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾਂ ਭਰਪੂਰ, ਬਾਣੀ ਕੇ ਬੋਹਿਤ ਬਾਲੀਏ ਕੁਲ ਆਲਮ ਦੀਨ ਦੁਨੀ ਦੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ, ਅਦਬ ਸਤਿਕਾਰ ਸਹਿਤ ਝੁਕਾਵੋ ਸੀਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ, ਰਸਨਾ ਕਰੋ ਪਵਿੱਤਰ ਬੁਲਾਵੋ ਗੱਜ ਕੇ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦਾ ਪਾਵਨ ਪਵਿੱਤਰ ਬਖਸ਼ਿਸ਼ਾਂ ਭਰਿਆ ਦਿਹਾੜਾ ਬੰਦੀ ਛੋੜ ਦਿਵਸ ਦੀਵਾਲੀ ਆਪਾਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਜਿੱਥੇ ਛਠਮ ਪੀਰ ਦੇ ਪਰ ਉਪਕਾਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਜੋ ਅੱਜ ਦਾ ਇਹ ਇਤਿਹਾਸਕ ਦਿਨ ਜੁੜਿਆ ਹੋਇਆ ਹੈ, ਉਸ ਸਥਾਨ ਦੇ ਉੱਤੇ ਸੁਰਤੀਆਂ ਬਿਰਤੀਆਂ ਰਾਹੀਂ ਨਮਸਕਾਰ ਕੀਤੀ ਜਾ ਰਹੀ ਹੈ। ਉੱਥੇ ਆਪਣੇ ਕੌਮ ਦੇ ਇਸ ਵੇਲੇ ਜੋ ਦਰਪੇਸ਼ ਸਮੱਸਿਆਵਾਂ ਹਨ ਉਹਨਾਂ ਦੇ ਉੱਤੇ ਵੀ ਝਾਤ ਪਾਈ ਜਾ ਰਹੀ ਹੈ। ਸੋ ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਜਨਮ 1595 ਈਸਵੀ ਵਿੱਚ ਹੁੰਦਾ ਹੈ, ਔਰ ਇਹਦੇ ਪਿੱਛੇ ਵੀ ਇਤਿਹਾਸ ਹੈ ਕਿ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਹਿਲ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਂਦੇ ਨੇ, ਕਿਉਂਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਿੱਖ ਨੂੰ ਵਡਿਆਈ ਪ੍ਰਦਾਨ ਕਰਦੇ ਨੇ। ਮਹਿਲ ਸਤਿਗੁਰੂ ਕੋਲ ਪਹਿਲਾਂ ਆਉਂਦੇ ਨੇ, ਮਹਾਰਾਜ ਤੁਸੀਂ ਲੋਕਾਂ ਦੀਆਂ ਝੋਲੀਆਂ ਭਰਦੇ ਹੋ, ਸਾਡੇ ਘਰ ਦੇ ਵਿੱਚ ਵੀ ਸਾਡੀ ਵੀ ਸੰਸਾਰ ਨਾਲ ਸਾਂਝ ਪੈ ਜਾਏ, ਸਾਡੀ ਝੋਲੀ ਵਿੱਚ ਵੀ ਦਾਤ ਪਾਓ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਇਸ਼ਾਰਾ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਵੱਲ ਕਰ ਦਿੰਦੇ ਨੇ, ਉਹ ਅਰਦਾਸ ਕਰਨਗੇ ਇਹ ਦਾਤ ਮਿਲੇਗੀ। ਇਹ ਨਹੀਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਤ ਦੇ ਨਹੀਂ ਸਕਦੇ ਜਾਂ ਉਹਨਾਂ ਕੋਲ ਇਹ ਦਾਤ ਹੈ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਸਰਬ ਕਲਾ ਸਮਰੱਥ ਨੇ, ਪਰ ਉਹ ਆਪਣੇ ਗੁਰਸਿੱਖਾਂ ਨੂੰ ਮਾਣ ਵਡਿਆਈ ਦਿੰਦੇ ਨੇ। ਜਿਹੜੇ ਗੁਰਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਵੀ ਪੱਲਾ ਪਕੜ ਕੇ ਗੁਰੂ ਨੂੰ ਸਮਰਪਿਤ ਹੋ ਕੇ ਜਿਉਂਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਦਾ ਪਿਆਰ ਹੈ, ਜਿਹੜੇ ਗੁਰਬਾਣੀ ਪੜ੍ਹ ਕੇ ਸ਼ਬਦ ਅਨੁਸਾਰ ਆਪਣੇ ਜੀਵਨ ਦੀ ਤੋਰ ਨੂੰ ਤੋਰਦੇ ਨੇ, ਅੱਜ ਵੀ ਉਹਨਾਂ ਦੇ ਉੱਤੇ ਇਹ ਬਾਣੀ ਦੀਆਂ ਪੰਕਤੀਆਂ ਢੁਕਦੀਆਂ ਨੇ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਉਹਨਾਂ ਗੁਰਸਿੱਖਾਂ ਦੇ ਜ਼ਬਾਨ ਤੋਂ ਕਹੇ ਹੋਏ ਬਚਨ ਇਸ ਸੰਸਾਰ ਦੇ ਅੰਦਰ ਵੀ ਅਤੇ ਦਰਗਾਹ ਦੇ ਵਿੱਚ ਵੀ ਸੱਤ ਹੋ ਨਿਬੜਦੇ ਨੇ। ਗੁਰੂ ਕੇ ਮਹਿਲ ਬਾਬਾ ਬੁੱਢਾ ਸਾਹਿਬ ਜੀ ਕੋਲ ਬੀੜ ਸਾਹਿਬ ਜਾਂਦੇ ਨੇ ਝਬਾਲ, ਜਿੱਥੇ ਸਤਿਗੁਰੂ ਦੇ ਉਸ ਪਿਆਰੇ ਗੁਰਸਿੱਖ ਵੱਲੋਂ
ਅਰਦਾਸ ਬੇਨਤੀ ਕਰਕੇ ਮਾਤਾ ਗੰਗਾ ਵਾਸਤੇ ਕੁਝ ਬਚਨ ਬੋਲੇ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਜਾਂ ਕਾ ਬਲ ਬੁੱਧ ਕਿਨੈ ਨਾ ਸੋਧਾ। ਮਾਂ ਤੇਰੇ ਘਰ ਦੇ ਅੰਦਰ ਇਹੋ ਜਿਹਾ ਬਲੀ ਜੋਧਾ ਪੁੱਤਰ ਪੈਦਾ ਹੋਵੇਗਾ ਜਿਹਦਾ ਬਲ ਕਿਸੇ ਦੇ ਕੋਲੋਂ ਝੱਲਿਆ ਨਹੀਂ ਜਾਏਗਾ। ਜਿਹਦੀ ਬਾਬਤ ਭਾਈ ਗੁਰਦਾਸ ਜੀ ਨੇ ਬਾਅਦ ਵਿੱਚ ਬਚਨ ਕੀਤੇ ਕਿ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋ ਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਢ ਜੋਧਾ ਬਹੁ ਪਰ ਉਪਕਾਰੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1595 ਈਸਵੀ ਵਿੱਚ ਹੁੰਦਾ ਹੈ ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ 1604 ਈਸਵੀ ਵਿੱਚ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਨੁੱਖ ਗ੍ਰੰਥੀ ਦੀ ਸੇਵਾ ਪ੍ਰਦਾਨ ਕਰਦੇ ਹਨ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਮਰ 9 ਸਾਲ ਦੀ ਹੈ ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ 1606 ਈਸਵੀ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਹਨ, ਉਸ ਦਿਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਮਰ 11 ਵਰਿਆਂ ਦੀ ਹੈ, 11 ਸਾਲਾਂ ਦੀ ਹੈ। ਅੱਜ 11 ਨਵੰਬਰ ਹੈ, ਉਸ ਦਿਨ ਜਿਸ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਥਾਂ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਦੇ ਉੱਤੇ ਗੁਰਗੱਦੀ ਦੇ ਉੱਤੇ ਬੈਠਦੇ ਨੇ, ਉਸ ਦਿਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 11 ਵਰੇ ਹੈ ਅਤੇ ਪਹਿਲੀ ਵਾਰ ਸਤਿਗੁਰੂ ਜਦੋਂ ਗੁਰਿਆਈ ਧਾਰਨ ਕਰਦੇ ਨੇ, 2 ਤਲਵਾਰਾਂ ਮੰਗਾਉਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ। ਕਿਉਂ? ਕਿਉਂਕਿ ਸ਼ਾਂਤਮਈ ਹੀਲੇ ਵਸੀਲੇ ਸਾਰੇ ਖਤਮ ਹੋ ਚੁੱਕੇ ਨੇ, ਸਬਰ ਦੇ ਨਾਲ ਜਬਰ ਦਾ ਸਾਹਮਣਾ ਕਰ ਦਿੱਤਾ ਗਿਆ ਹੈ, ਸ਼ਾਂਤੀ ਦੀ ਇੰਤਹਾ ਹੋ ਚੁੱਕੀ ਹੈ। ਕਿਸੇ ਅਦੀਬ ਦੇ ਕਥਨ ਹਨ, ਉਹ ਕਹਿੰਦੇ ਨੇ ਕਿ ਖੰਜਰ ਖਰੀਦ ਵੀ ਇਹ ਮਨੁੱਖ ਤੇਰੇ ਉੱਤੇ ਵੇਖ ਕਿਹੋ ਜਿਹਾ ਸਮਾਂ ਆ ਗਿਆ ਹੈ। ਉਹ ਕਹਿੰਦੇ, ਮਸੱਲਾ ਵੇਚ ਕਰ ਖੰਜਰ ਖਰੀਦ ਐ ਮੂਰਖ ਜਾਹਿਦ, ਤੇਰੀ ਪਾਤਸ਼ਾਹੀ ਸੇ ਬਾਦਸ਼ਾਹੀ ਟਕਰਾਨੇ ਕੋ ਹੈ। ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਆਪਣੇ ਸਾਹਿਬਜ਼ਾਦੇ ਨੂੰ ਸ਼ਾਸਤਰ ਵਿੱਦਿਆ ਸਿਖਾਈ ਹੈ, ਘੋੜ ਸਵਾਰੀ ਸਿਖਾਈ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸਾਰੀ ਸਿੱਖਿਆ ਪ੍ਰਦਾਨ ਕੀਤੀ ਹੈ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਜਿਹੜੇ ਗੁਰਦੇਵ ਬਚਨ ਕਰ ਗਏ ਸਨ ਕਿ ਜਦੋਂ ਸ਼ਾਂਤੀ ਦੀ ਇੰਤਹਾ ਹੋ ਜਾਵੇ, ਹੀਲੇ ਵਸੀਲੇ ਸਾਰੇ ਜਿਹੜੇ ਸਬਰ ਦੇ ਮੁੱਕ ਜਾਣ, ਅਪੀਲਾਂ ਦਲੀਲਾਂ ਖਤਮ ਹੋ ਜਾਣ, ਉਦੋਂ ਹੱਥ ਵਿੱਚ ਸ਼ਾਸਤਰ ਫੜਨੇ ਜਾਇਜ਼ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਹੁਣ ਸੇਲੀ ਟੇਪੀ ਦੀ ਲੋੜ ਨਹੀਂ ਹੈ, ਹੁਣ ਅਸੀਂ ਸ਼ਾਸਤਰ ਧਾਰਨ ਕਰਾਂਗੇ। 2 ਤਲਵਾਰਾਂ ਮੰਗਾਈਆਂ ਗਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲੋਂ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦੀ ਉਹ ਪਰੰਪਰਾ ਨੂੰ ਨਿਭਾਇਆ। ਬਾਬਾ ਬੁੱਢਾ ਸਾਹਿਬ ਜੀ ਦੀਆਂ ਉਹ ਦਿੱਤੀਆਂ ਹੋਈਆਂ 2 ਤਲਵਾਰਾਂ, ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ, ਇੱਕ ਸ਼ਕਤੀ ਦੀ ਅਤੇ ਇੱਕ ਭਗਤੀ ਦੀ, ਇੱਕ ਇਸ ਸੰਸਾਰ ਦੇ ਅੰਦਰ ਉਸ ਦੁਨੀਆਂ ਦੇ ਲੋਕਾਂ ਨੂੰ ਰੱਬੀ ਕਲਾਮ ਦੇਣ ਦੀ ਨਿਸ਼ਾਨੀ ਅਤੇ ਇੱਕ ਜਾਬਰਾਂ ਦਾ ਮੂੰਹ ਭੰਨਣ ਵਾਲੀ। ਜਦੋਂ ਉਹ ਤਲਵਾਰਾਂ ਪਹਿਨੀਆਂ, ਪਹਿਲੀ ਵਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਿਆਈ ਗੱਦੀ ਲੈ ਕੇ ਤਖ਼ਤ ਉੱਤੇ ਬੈਠੇ, ਗੁਰਿਆਈ ਉੱਤੇ ਬੈਠੇ, ਮਹਾਰਾਜ ਨੇ ਪਹਿਲਾ ਹੁਕਮਨਾਮਾ ਜਾਰੀ ਇਹ ਕੀਤਾ ਸੀ ਕਿ ਸਿੱਖੋ, ਅੱਜ ਤੋਂ ਬਾਅਦ ਤੁਹਾਨੂੰ ਗੁਰੂ ਘਰ ਦੇ ਵਿੱਚ ਧਨ ਦੌਲਤ ਵਸਤੂਆਂ ਪਦਾਰਥਾਂ ਦੀ ਭੇਟਾ ਲਿਆਉਣ ਦੀ ਲੋੜ ਨਹੀਂ ਹੈ। ਅੱਜ ਤੋਂ ਬਾਅਦ ਜੇਕਰ ਗੁਰੂ ਘਰ ਦੇ ਵਿੱਚ ਕੁਝ ਤੁਸੀਂ ਭੇਟਾ ਕਰਨਾ ਹੈ, ਸੋਹਣੀਆਂ ਜਵਾਨੀਆਂ ਭੇਟਾ ਕਰੋ, ਸੋਹਣੇ ਸ਼ਾਸਤਰ ਭੇਟਾ ਕਰੋ, ਸੋਹਣੇ ਘੋੜੇ ਲੈ ਕੇ ਆਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੌਕੇ ਦੀ ਹਕੂਮਤ ਨੂੰ ਇੱਕ ਝਟਕਾ ਦਿੱਤਾ, ਜਿਹੜੀ ਤਖ਼ਤ ਦੀ ਗੱਲ ਅੱਗੇ ਭਾਈ ਗੁਰਵਿੰਦਰ ਸਿੰਘ ਜੀ ਹੁਣੀ ਕਰਕੇ ਗਏ ਨੇ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਅੱਜ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਗੁਰੂ ਘਰ ਵਿੱਚ ਲੈ ਕੇ ਆਓ। ਸ਼ਾਹੀ ਫਰਮਾਨ ਸੀ ਕਿ ਕੋਈ ਘੋੜੇ ਦੇ ਉੱਤੇ ਸਵਾਰੀ ਨਹੀਂ ਕਰ ਸਕਦਾ, ਕੋਈ ਸਿਰ ਦੇ ਉੱਤੇ ਪੱਗ ਨਹੀਂ ਬੰਨ ਸਕਦਾ, ਕੋਈ ਆਪਣੇ ਸੀਸ ਦੇ ਉੱਤੇ ਦਸਤਾਰ ਨਹੀਂ ਸਜਾ ਸਕਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੇਖੋ ਕਿੱਡਾ ਕ੍ਰਾਂਤੀਕਾਰੀ ਹੁਕਮ ਸਭ ਤੋਂ ਪਹਿਲਾਂ ਜਾਰੀ ਇਹ ਕੀਤਾ, ਕਹਿਣ ਲੱਗੇ ਮੇਰੇ ਸਿੰਘ 2-2 ਕਰਵਾਨਾ ਧਾਰਨ ਕਰਨਗੇ, ਹਰ ਸਮੇਂ ਸ਼ਾਸਤਰ ਧਾਰੀ ਰਹਿਣਗੇ। ਆਪ ਸਤਿਗੁਰੂ ਨੇ 2 ਕਿਰਪਾਨਾਂ ਪਹਿਨੀਆਂ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਸ਼ਾਹ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਦੇ ਨਾਲ ਗੁਰਸਿੱਖਾਂ ਨੂੰ ਹੀ ਬਾਅਦ ਵਿੱਚ ਨਿਵਾਜਿਆ ਕਿ ਤੁਸੀਂ ਵੀ ਸ਼ਾਸਤਰ ਧਾਰੀ ਹੋਣਾ ਹੈ। ਉਹ ਕਹਿਣ ਲੱਗੇ, ਤੁਸੀਂ ਕਹਿੰਦੇ ਹੋ ਕਿ ਘੋੜ ਸਵਾਰੀ ਨਹੀਂ ਕਰਨੀ, ਮੇਰੇ ਸਿੱਖ 2-2 ਘੋੜਿਆਂ ਦੇ ਉੱਤੇ ਇਕੱਠੀ ਸਵਾਰੀ ਕਰਨਗੇ। ਅੱਜ ਵੀ ਤੁਸੀਂ ਨਿਹੰਗ ਸਿੰਘਾਂ ਦੇ ਯੌਰ ਵੇਖਦੇ ਹੋ, 2-2 ਘੋੜਿਆਂ ਦੇ ਉੱਤੇ ਸਵਾਰੀ ਕਰਨ ਵਾਲੇ ਬਲਸ਼ਾਲੀ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਆਪ ਜੀ ਨੂੰ ਦਰਸ਼ਨ ਦਿੰਦੀਆਂ ਨੇ ਜਦੋਂ ਹੋਲਾ ਮਹੱਲਾ ਹੁੰਦਾ ਜਾਂ ਕੋਈ ਵੱਡਾ ਸਮਾਗਮ ਹੁੰਦਾ ਹੈ। ਸਤਿਗੁਰੂ ਜੀ ਨੇ ਕਿਹਾ, ਮੇਰੇ ਸਿੱਖ
ਦੋ ਦੋ ਘੋੜਿਆਂ ਦੇ ਉੱਤੇ ਸਵਾਰੀ ਕਰਨਗੇ। ਤੁਸੀਂ ਕਹਿੰਦੇ ਸ਼ਾਸਤਰ ਰੱਖਣੇ ਨਹੀਂ, ਮੈਂ ਸਿੱਖ ਹੀ ਉਹਨੂੰ ਮੰਨਾਂਗਾ ਜਿਹੜਾ ਆਪਣੇ ਨਾਲ ਹਮੇਸ਼ਾ ਸ਼ਾਸਤਰ ਰੱਖੇਗਾ। ਤੁਸੀਂ ਕਹਿੰਦੇ ਹੋ ਸਿਰ ਦੇ ਉੱਤੇ ਕੱਪੜਾ ਨਹੀਂ ਲੈਣ ਦੇਣਾ, ਮੇਰੇ ਸਿੱਖ ਦੋਹਰੀਆਂ ਦੋਹਰੀਆਂ ਦਸਤਾਰਾਂ ਸਜਾਉਣਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਹੁਕਮ ਸੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਦੀ ਸੇਵਾ, ਆ ਕੱਲ੍ਹ ਜਿਹੜਾ ਸਰਬੱਤ ਖਾਲਸਾ ਸਮਾਗਮ ਹੋਇਆ, ਵੱਖਰੀ ਗੱਲ ਹੈ ਸਾਧ ਸੰਗਤ ਜੀ ਵੀ ਹਾਲਾਤ ਕੀ ਬਣਦੇ ਨੇ, ਪਰ ਕੌਮ ਨੇ ਇੱਕ ਫੈਸਲਾ ਕੀਤਾ ਕਿ ਉਸ ਮਰਜੀਵੜੇ ਨੂੰ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਮੰਨਦੇ ਹਾਂ, ਜਿਹਨੇ ਕੌਮ ਦੇ ਉੱਤੇ ਚੜ੍ਹੇ ਹੋਏ ਭਾਰ ਨੂੰ ਉਤਾਰਿਆ, ਜਿਹਨੇ ਸਾਡੀ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ, ਮੁੱਖ ਮੰਤਰੀ ਬਣ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ, ਜਿਹੜਾ ਕੋਈ ਗਰੀਬ ਗੁਰਬਾ ਨਹੀਂ ਹੈ, ਉਹ ਅਮੀਰ ਘਰਾਣੇ ਦੇ ਵਿੱਚੋਂ 40-50 ਕਿੱਲੇ ਉਸਦੀ ਪੈਲੀ ਆ ਭਾਈ ਜਗਤਾਰ ਸਿੰਘ ਹਵਾਰਾ ਦੀ। ਅੱਜ ਵੀ ਜੇ ਹਕੂਮਤ ਨਾਲ ਸਮਝੌਤਾ ਕਰ ਲਵੇ ਜਿਵੇਂ ਭਾਈ ਸਾਹਿਬ ਬੋਲ ਕੇ ਗਏ ਨੇ, ਉਹਦੀ ਫਾਂਸੀ ਰੱਦ ਹੋ ਕੇ ਬਾਹਰ ਆ ਸਕਦਾ ਹੈ, ਪਰ ਉਹਨੇ ਸਿੱਖੀ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਜਿਹਨੂੰ ਅਕਾਲ ਤਖ਼ਤ ਦੀ ਜ਼ਿੰਮੇਵਾਰੀ ਪ੍ਰਾਪਤ ਹੋਈ, ਜਥੇਦਾਰ ਬਣਾਇਆ ਗਿਆ, ਕਿੱਡੀ ਮਹਾਰਾਜ ਦੀ ਕਿਰਪਾ ਦੇਖੋ। ਅੱਜ 11 ਨਵੰਬਰ ਜਿਸ ਦਿਨ ਆਪ ਜਿਸ ਦਿਨ ਆਪਾਂ ਸਤਿਗੁਰੂ ਜੀ ਦਾ ਪੁਰਬ ਮਨਾ ਰਹੇ ਹਾਂ, ਬੰਦੀ ਛੋੜ ਦਿਵਸ, 11 ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਜਿਸ ਦਿਨ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਸਿੱਖ ਵੱਖਰੀ ਕੌਮ ਹੈ, ਕਿਸੇ ਦੀ ਤਖ਼ਤਾਂ ਉੱਤੇ ਬੈਠਿਆਂ ਦੀ ਪਰਵਾਹ ਨਹੀਂ ਕਰਦੀ। ਅਤੇ ਅੱਜ ਦਾ 11 ਨਵੰਬਰ ਦਾ ਇਹ ਦਿਹਾੜਾ ਸੀ ਜਿਸ ਦਿਨ ਸਤਿਗੁਰੂ ਜੀ ਦਾ ਉਹ ਗੁਰਸਿੱਖ, ਜਿਸ ਗੱਲ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਮੇਰੇ ਸਿੱਖ ਦੀ ਆਨ ਸ਼ਾਨ ਦਸਤਾਰ ਹੈ, ਇਹ ਦੋਹਰੀਆਂ ਦਸਤਾਰਾਂ ਸਜਾਏਗਾ। ਹਕੂਮਤਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਨੂੰ ਨੀਵਾਂ ਦਿਖਾਉਣ ਵਾਸਤੇ ਇਸ ਦੀ ਦਸਤਾਰ ਉਤਾਰ ਕੇ ਰੋਲ ਦਿੱਤਾ ਜਾਵੇ, ਪਰ ਭਾਈ ਜਗਤਾਰ ਸਿੰਘ ਹਵਾਰਾ ਅੱਜ ਦੇ ਦਿਹਾੜੇ 11 ਨਵੰਬਰ, ਨਵੰਬਰ ਦੇ ਮਹੀਨੇ ਦੀ 11 ਤਰੀਕ ਅਤੇ 11ਵਾਂ ਮਹੀਨਾ ਅਤੇ 11 ਸਾਲ ਦਾ ਗੁਰੂ ਹਰਗੋਬਿੰਦ ਸਾਹਿਬ ਜਿੰਦਨ ਉਹਨਾਂ ਹੁਕਮ ਜਾਰੀ ਕੀਤਾ, ਉਸੇ ਤਖ਼ਤ ਦਾ ਜਥੇਦਾਰ ਬਣਨ ਵਾਲਾ ਭਾਈ ਜਗਤਾਰ ਸਿੰਘ ਹਵਾਰਾ ਪੇਸ਼ੀ ਦੇ ਉੱਤੇ ਭੁਗਤਣ ਆਇਆ ਤਰੀਕ, ਅਤੇ ਨਤੀਸ਼ ਕੁਮਾਰ ਜਿਹੜਾ ਸ਼ਿਵ ਸੈਨਾ ਵਾਲਾ ਭੱਜ ਕੇ ਅੱਗੇ ਭੜਕ ਪਿਆ ਕਿ ਮੈਂ ਸਿੱਖਾਂ ਦੀ ਆਣ ਸ਼ਾਨ ਨੂੰ ਚੈਲੰਜ ਕਰਦਾ ਹਾਂ, ਹੁਣ ਕਿਹੜਾ ਇਹਨਾਂ ਨੇ ਕੁਝ ਕਰਨਾ ਹੈ, ਕਿਹੜਾ ਇਹਦੇ ਕੋਲ ਕੋਈ ਹਥਿਆਰ ਹੈ, ਬੇੜੀਆਂ ਅਤੇ ਹੱਥ ਘੜੀਆਂ ਦੇ ਵਿੱਚ ਜਕੜਿਆ ਹੋਇਆ ਹੈ। ਪਰ ਜਿਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੋਵੇ, ਉਸ ਅਕਾਲ ਤਖ਼ਤ ਦੇ ਸਿਰਜਣਹਾਰ ਦੀ ਕਿਰਪਾ ਹੋਵੇ, ਉਹ ਸਿੱਖੀ ਆਣ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਹਥਿਆਰਾਂ ਦੀ ਲੋੜ ਨਹੀਂ ਸਮਝਦਾ, ਉਹਨੂੰ ਕਿਸੇ ਚੀਜ਼ ਦੀ ਹੋਰ ਦੀ ਲੋੜ ਨਹੀਂ, ਉਹਦਾ ਹੱਥ ਹੀ ਬਹੁਤ ਕਾਫੀ ਹੈ। ਅੱਜ ਉਹ ਦਿਹਾੜਾ ਸੀ ਜਿਸ ਦਿਨ ਜਗਤਾਰ ਸਿੰਘ ਹਵਾਰਾ ਨੇ ਜਿਹੜਾ ਤਖ਼ਤ ਦਾ ਜਥੇਦਾਰ ਬਣਾਇਆ ਗਿਆ, ਨਤੀਸ਼ ਕੁਮਾਰ ਦੇ ਮੂੰਹ ਦੇ ਉੱਤੇ ਥੱਪੜ ਮਾਰ ਕੇ ਮੌਕੇ ਕੌਮ ਦੇ ਦੁਸ਼ਮਣਾਂ ਦੇ ਕੰਨ ਖੋਲ੍ਹ ਕੇ ਰੱਖ ਦਿੱਤੇ ਸਨ ਕਿ ਸਿੱਖਾਂ ਬਿਨਾਂ ਹਥਿਆਰ ਤੋਂ ਵੀ ਤੁਹਾਡਾ ਮੁਕਾਬਲਾ ਕਰ ਸਕਦੇ ਨੇ। ਪਿਛਲੇ ਦਿਨਾਂ 'ਚ ਵੀ ਮੈਂ ਬੇਨਤੀ ਕੀਤੀ ਸੀ, ਭਾਈ ਮੁਸੀਬਤ ਸਿੰਘ ਆ ਭਾਈ ਜੋਧਪੁਰੀ ਸਾਹਿਬ ਹੁਣੀ ਆਏ ਸਨ ਸਾਡੇ ਪਾਸ ਕੀਰਤਨ ਕਰਨ ਵਾਸਤੇ, ਐਮਰਜੈਂਸੀ ਲਗਾ ਦਿੱਤੀ ਗਈ ਔਰ ਇੱਥੋਂ ਤੱਕ ਹੁਕਮ ਜਾਰੀ ਕਰ ਦਿੱਤਾ। 1982 ਦੀ ਗੱਲ ਹੈ ਜਦੋਂ ਇੰਦਰਾ ਗਾਂਧੀ ਨੇ ਸਭ ਕੁਝ ਕੀਤਾ, ਕਹਿਣ ਲੱਗੇ ਸਿੱਖਾਂ ਦੀ ਕੁਰਬਾਨ 'ਤੇ ਪਾਬੰਦੀ ਲਾ ਦਿਓ, ਇਹ ਕਿਤੇ ਵੀ ਯਾਤਰਾ ਕਰਨ ਅਤੇ ਹਥਿਆਰ ਪਾ ਕੇ ਨਾ ਜਾਣ। ਭਾਈ ਮੁਸੀਬਤ ਸਿੰਘ ਉਹਨੇ ਹੱਥ ਵਿੱਚ ਸੇਬ ਪਕੜਿਆ, ਸੇਬ ਕੱਲਾ ਅਤੇ ਸੇਬ ਕੱਪੜੇ ਵਿੱਚ ਲਪੇਟ ਕੇ 1982 ਦੇ ਵਿੱਚ ਉਹਨੇ ਹਿੰਦੁਸਤਾਨ ਦਾ ਜਹਾਜ਼ ਅਗਵਾ ਕਰ ਲਿਆ। ਜਹਾਜ਼ ਅਗਵਾ ਕਰਕੇ ਉਹਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ, ਕਿਸੇ ਨੂੰ ਮਾਰਿਆ ਨਹੀਂ। ਜਹਾਜ਼ ਜਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਤਰਿਆ, ਜਦੋਂ ਉਹਨੂੰ ਮਾਰ ਲੱਗੇ, ਉਹਨੇ ਇੱਕੋ ਹੀ ਗੱਲ ਕਹੀ ਸੀ, ਉਹ ਕਹਿਣ ਲੱਗਾ ਕਿਸੇ ਨੂੰ ਮਾਰਨ ਵਾਸਤੇ ਨਹੀਂ, ਬਲਕਿ ਹਿੰਦੁਸਤਾਨ ਦੇ ਹਕੂਮਤ ਅਤੇ ਤਖ਼ਤਾਂ ਦੇ ਉੱਤੇ ਬੈਠੇ ਹੋਏ ਹੁਕਮਰਾਨਾਂ ਨੂੰ ਇਹ ਦੱਸਣ ਵਾਸਤੇ ਇਹ ਜਹਾਜ਼ ਅਗਵਾ ਕੀਤਾ ਹੈ ਕਿ ਸਿੱਖ ਕਿਰਪਾਨ ਤੋਂ ਬਿਨਾਂ ਵੀ ਇਹ ਸਭ ਕੁਝ ਕਰ ਸਕਦੇ ਨੇ। ਪਰ ਉਹ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਕਰਦੇ, ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਨ। ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਉਹੀ ਕੁਛ ਕਰਕੇ ਦਿਖਾਇਆ। ਸਾਧ ਸੰਗਤ ਜੀ, ਹੈਰਾਨੀ ਵਾਲੀ ਗੱਲ, ਅੱਜ ਗੁਰੂ ਹਰਗੋਬਿੰਦ ਸਾਹਿਬ ਵਿਹਦੇ ਹੋਣਗੇ, ਜਿਹੜਾ ਮੈਂ ਤਖ਼ਤ ਬਣਾਇਆ ਸੀ ਉਸ ਦੀ ਦਸ਼ਾ ਕੀ ਬਣ ਗਈ? ਜਿਸ ਤਖ਼ਤ ਦੇ ਉੱਤੋਂ ਸ਼ਾਹੀ ਫਰਮਾਨ ਹੁੰਦੇ ਸਨ, ਜਿਸ ਤਖ਼ਤ ਦੀ ਇੱਕ ਆਵਾਜ਼ ਦੇ ਨਾਲ ਦਿੱਲੀ ਅਤੇ ਲਾਹੌਰ ਦੀਆਂ ਕੰਧਾਂ ਕੰਬਦੀਆਂ ਸਨ, ਅੱਜ ਉਸੇ ਤਖ਼ਤ ਨੇ ਫੜ ਕੇ ਸਿੱਖ ਕੌਮ ਦੀ ਦਸ਼ਾ ਜਿਹੜੀ ਹੈ ਉਹ ਹਾਸੋਹੀਣੀ ਬਣਾ ਕੇ ਰੱਖ ਦਿੱਤੀ ਹੈ। ਇਹਦੇ ਵਿੱਚ ਕਮਜ਼ੋਰੀਆਂ ਸਾਡੀਆਂ ਨੇ, ਘਾਟਾਂ ਸਾਡੀਆਂ ਨੇ, ਅਸੀਂ ਛੋਟੀਆਂ ਛੋਟੀਆਂ ਚੌਧਰਾਂ ਵਾਸਤੇ, ਛੋਟੀਆਂ ਛੋਟੀਆਂ ਲਾਭਾਂ ਅਤੇ ਛੋਟੀਆਂ ਛੋਟੀਆਂ ਸਰਦਾਰੀਆਂ ਵਾਸਤੇ ਆਪਣੇ ਕੌਮ ਨੂੰ ਗਿਰਵੇ ਰੱਖ ਰਹੇ ਹਾਂ। ਇੱਕ ਤਖ਼ਤ ਦੇ ਉੱਤੇ ਉੱਤੇ ਖਲੋਤਾ ਹੋਇਆ ਸੰਦੇਸ਼ ਦਿੰਦਾ ਹੈ, ਇੱਕ ਥੱਲੇ ਖਲੋ ਕੇ ਸੰਦੇਸ਼ ਦਿੰਦਾ ਹੈ। ਅੱਜ ਤੱਕ ਇਤਿਹਾਸ ਵਿੱਚ ਕਦੇ ਐਸੀ ਘਟਨਾ ਨਹੀਂ ਸੀ ਘਟੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਦੋ ਜਥੇਦਾਰ ਸੰਦੇਸ਼ ਦਿੰਦੇ ਹੋਣ। ਇਹ ਕਿਉਂ ਹਾਲਤ ਬਣ ਗਈ ਅੱਜ ਸਾਡੀ, ਜਿਸ ਜਥੇਦਾਰ ਨੂੰ ਸਾਰੀ ਕੌਮ ਨੇ ਨਕਾਰ ਦਿੱਤਾ, ਕੀ ਉਹਦੇ ਕੋਲੋਂ ਲੋੜਾਂ ਪਈਆਂ ਹੋਈਆਂ ਨੇ ਅੱਜ ਦੀਆਂ ਸਰਕਾਰਾਂ ਨੂੰ, ਵੀ ਫਿਰ ਵੀ ਉਹਨੂੰ ਕਾਬਜ਼ ਕਰਕੇ ਰੱਖ ਰਹੇ ਨੇ? ਗੱਲ ਸਾਧ ਸੰਗਤ ਜੀ ਇਹ ਹੈ
कि उन्होंने सिखी सिद्धांतों का घाण करना है। सरकार की गल नहीं, उहदे पिछे बैठिया हुई एजेंसियां जिहड़ियां सानू ये कोशिश कर रही ने कि यह साबित कर दिता जाए कि सिख कोई वक्री कौम नहीं है, सिख हिंदुओं के विचों निकलिया हुआ एक हिस्सा है। और यह कोशिशां कीतियां जा रही ने कि इन्हां नू तख्त दे नालों तखत के सिद्धांत नालों तोड़ दिता जाए। कदे तोपां ते टैंकां नाल हमले होंदे ने, कदे सिद्धांतों के उत्ते उस मर्यादा के उत्ते हमले होंदे ने जिहड़ी अकाल तख्त तों लागू की जाती है, ते कदे उत्थे बना के बिठाए हुए बंदियां नू खरीद लिया जाता है, उन्हां द्वारा इहो जिहे आदेश ते हुक्मनामे जारी करवा दिते जांदे ने जिहड़ी कौम नू दुफेड़ पा के रख दिंदी है। सो साध संगत जी, सानू हाले भी समझण की लोड़ है कि असी उस गल नू समझना है कि एजेंसियां तो कोशिश कर दियां ने सानू साडे सिद्धांतां नालों तोड़न दी। उस दिन कौम का कोई नुकसान नहीं, जितन बिल्डिंग ढेंदी है बिल्डिंग एक बार टठेगी तो दूसरी बार बन जाएगी। एक बार नहीं, अकाल तख्त ढठिया जां हरिमंदर साहब के उत्ते गोलियां चलिया, बथेरी वार आए कौम के दुश्मन, उन्होंने ये सब कुछ करके वेख लिया। उन्होंने कहा इमारतां ढट दियां ने, दोबारा बना लेंदे ने, इमारत ढठण दे नाल कौम का कोई नुकसान नहीं हुंदा। इन्हां दे सिद्धांत नूं ढाहा मारो, इन्हां दे कानून, इन्हां दी मर्यादा, इन्हां दे जिस एक सुर दे नाल एक दे उत्ते जुड़े होए ने उन्हूं वख-वख रूप विच धारण कर दिओ। कदे एक आवाज गूंजदी सी, अज दो गूंजियां ने। साध संगत जी, आने वाले समय वास्ते सचेत हो, पता नहीं किन्नियां आवाजां बना देणगे उह, किन्ने कु जथेदार असीं बनावांगे। क्योंकि जे सरकारी झोली विच साडे जथेदार डिगदे रहे ते सानू अग्गों अगवाई कित्थों प्राप्त होनी है। धन श्री गुरु हरगोबिंद साहब जी महाराज जी ने सानू सच्ची राजनीति करनी सिखाई है। गुरु हरगोबिंद साहब जी ने यह दसिया, कहण लगे राजनीति करो ओ जिस राजनीति दे विच धर्म होवे, धर्म दे विच राजनीति ना लैके आओ बल्कि तुहाडी राजनीति दे विच धर्म होवे। अज हालत कुछ होर बन गई है, अज धर्म दे विच जो है धंधा वड़ गया है, धंधे विच धर्म होना चाहीदा सी, उस तो असी खाली हो गए। सिख कोई कर्म करे उन्हूं अपना गुरु ना भुले, उन्हूं अपनी बाणी ना भुले, उन्हूं अपने सिद्धांत ना भुलण, उन्हूं अपना न्यारापण ना भुले, जिहड़े गुरु ने उपदेश ते सिख्या दित्ती उस तो किते वांझा ना होवे। यह सब कुछ उन्हूं प्राप्त करके जीवन अंदर तुरना सी, फिर तां उहदा न्यारापण कायम रहना सी। पर गुरु गोबिंद सिंह ने इसे करके वचन कीते सन, कहण लगे जब यह गहे विपरण की रीत मैं ना करूं इनकी प्रतीत। अज असी उन्हां लोकां वल वेहने आ, उह कदों हुक्मनामा जारी करनगे, साडे जथेदार सुनाउणगे ते असी उहदे अनुसार तुरांगे। कदे कैलेंडरां दा रौला, कदे इतिहासक गुरपुरबां दीआं डेटां दा रौला, कदे गुरबाणी दीआं गुरबाणी दा रौला कि किहड़ी बाणी गुरू दी है ते किहड़ी बाणी गुरू दी नहीं है, कदे साडे इतिहासक स्थानां दा रौला कि किहड़े इतिहासक स्थान दे उत्ते जाणा कि इह गुरू दा है वी कि नहीं है। अज इह वी कौम दे विच रौले पए ने, कुछ इतिहासक स्थानां तों मन्नण तों मुनकर ने कि इहनां नूं मन्नण दी लोड़ नहीं जी, इह गुरू दे स्थान ही नहीं हन। कुछ बाणियां तों मुनकर ने, कुछ साडी सिक्खी मर्यादा तों मुनकर ने। किस दिन असीं इकट्ठे होवांगे ते अपने दुश्मन का सामना करांगे, क्योंकि दुश्मन मजबूत हो रहा है। ज्यों ज्यों साडे विच वंडियां पैणगियां, ज्यों ज्यों असीं एक दूसरे दे नाल अपना सारा कुछ एक दूसरे के उत्ते हावी होने वास्ते, एक दूसरे नीवां दिखाउण वास्ते अपना जोर लाई जावांगे, उन्नी देर तक दुश्मन ते हसेगा ही। क्योंकि उन्हूं पता है कि जिन्हां ने मेरे नाल लड़ना सी हुण मेरे नाल इन्हां नूं लड़न की लोड़ कोई नहीं। इन्हां नूं उलझा ही इहो जिहा दित्ता है कि आपस में ही फसे पए ने, यह आपस तों वेले होणगे तां मेरे वाले पासे आउणगे। दुश्मन अपनी पूरी कोशिश विच चल लगा होया है, उन्हें कौम नूं उस दुराए दे उत्ते ल्याण के खड़ा कर दिता है जिथे हर पासे नुकसान सिखां दा ही हो रहा है। जे किते कोई पुलिस वाले मारदे ने तां गुरसिखां दीआं मौतां हुंदीआं ने, जे कोई सिख पुलिस वाले नूं मारदा है उहदे वी सामने सिख खड़े कर दित्ते गए ने। एक धड़ा दूसरे धड़े नाल उलझदा है ते कोई बाहरी नहीं, उह वी सिखां दा धड़ा है। सो साध संगत जी, गुरु हरगोबिंद साहिब जी दा दिन मना रहे हां। गुरु हरगोबिंद साहिब जी ने कहा सी अपनी वापसी वितकरियां दे उत्ते, अपनी झगड़े झेड़ियां तों उत्ते उठो, ते जेकर तुसी उपर उठ के बाणी दा पल्ला फड़ लोगे तुहानू तख्तां दीआं जथेदारियां मंगण दी लोड़ नहीं पएगी, गुरु आप तुहानू दे देगा। सतगुरु गुरु हरगोबिंद साहिब दा इतिहास पढ़दे हां, भाई गुरु हरगोबिंद साहिब ने एक दिन कहा ना, कहण लगे आओ कोई गुरसिख मैनू जपजी दा पाठ सुनाओ। सतगुरु गुरु हरगोबिंद साहिब महाराज ने कहा सिख बहुत सन,
ਭਾਈ ਗੋਪਾਲਾ ਉੱਠਿਆ, ਮਹਾਰਾਜ ਨੇ ਸਵੱਛ ਚੌਂਕੀ ਮੰਗਵਾਈ, ਉਹਦਾ ਇਸ਼ਨਾਨ ਧਵਾ ਕੇ ਕਰਾਇਆ, ਉਹਦੇ 'ਤੇ ਸਵੱਛ ਕੱਪੜਾ ਵਿਛਾਇਆ। ਮਹਾਰਾਜ ਨੇ ਉਸ ਚੌਂਕੀ ਦੇ ਉੱਤੇ ਭਾਈ ਗੋਪਾਲੇ ਨੂੰ ਬਿਠਾਇਆ ਅਤੇ ਆਪ ਨੀਵੀਂ ਥਾਂ ਦੇ ਉੱਤੇ ਬੈਠੇ। ਭਾਈ ਗੋਪਾਲਾ ਜਪਜੀ ਸਾਹਿਬ ਦਾ ਪਾਠ ਕਰਦਾ, ਬੜੇ ਪਿਆਰ ਵਿੱਚ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਜਿਉਂ ਜਿਉਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੁੰਦਾ ਜਾਂਦਾ ਹੈ, ਤਿਉਂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਆਸਣ ਤੋਂ ਇੱਕ ਪਾਸੇ ਨੂੰ ਹੁੰਦੇ ਜਾਂਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਦੇਖੋ ਕਿਹੋ ਜਿਹੀ ਕੀਤੀ ਹੈ। ਕਹਿੰਦੇ ਕਾਹਦੇ ਵਾਸਤੇ ਤੂੰ ਤਖਤਾਂ ਅਤੇ ਗੱਦੀਆਂ ਦੇ ਪਿੱਛੇ ਲੜਦਾ ਫਿਰਦਾ? ਇਹ ਤਾਂ ਬਾਣੀ ਦੇ ਨਾਲ ਪਿਆਰ ਕਰ, ਗੁਰੂ ਦੇ ਹੁਕਮ ਅਨੁਸਾਰ ਚੱਲ ਕੇ ਤੇ ਵੇਖ, ਗੁਰੂ ਤੇ ਆਪ ਗੱਦੀਆਂ ਛੱਡੂ ਤਿਆਰ ਬੈਠਾ ਤੇਰੇ ਵਾਸਤੇ। ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਕਰ ਲਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਬੜੇ ਪਿਆਰ ਵਿੱਚ ਪਾਠ ਕੀਤਾ ਭਾਈ ਗੋਪਾਲਿਆ, ਦੱਸ ਤੈਨੂੰ ਚਾਹੀਦਾ ਕੀ ਹੈ? ਬਸ ਸਿੱਖ ਦੇ ਮਨ ਦੇ ਅੰਦਰ ਖਿਆਲ ਆ ਗਿਆ, ਕਹਿਣ ਲੱਗੇ ਮਹਾਰਾਜ ਉਹ ਜਿਹੜਾ ਘੋੜਾ ਤੁਹਾਨੂੰ ਭੇਟ ਕੀਤਾ ਸਤਿਗੁਰੂ, ਇਹ ਮੈਨੂੰ ਦੇ ਦਿਓ। ਮਹਾਰਾਜ ਨੇ ਘੋੜਾ ਵੀ ਦਿੱਤਾ, ਘੋੜੇ ਉੱਤੇ ਸੋਹਣੀ ਵਿਛਾਈ ਪਾ ਕੇ ਮੋਹਰਾਂ ਨਾਲ ਲੱਦ ਕੇ ਭਾਈ ਗੋਪਾਲੇ ਨੂੰ ਦਿੱਤਾ ਅਤੇ ਇੱਕ ਵਚਨ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਕਹਿਣ ਲੱਗੇ ਭਾਈ ਗੋਪਾਲਿਆ, ਬਾਣੀ ਇੰਨੀ ਪਿਆਰ ਨਾਲ ਪੜ੍ਹੇ ਹੋ, ਗੁਰੂ ਨਾਨਕ ਤੇਰੇ ਅੰਦਰੋਂ ਬੋਲ ਰਿਹਾ ਸੀ, ਤੂੰ ਇੱਕ ਘੋੜੇ ਦੇ ਉੱਤੇ ਡੁੱਲ ਗਿਆ, ਮੈਂ ਤਾਂ ਤੈਨੂੰ ਆਪਣਾ ਤਖਤ ਦੇਣ ਲਈ ਤਿਆਰ ਹੋਇਆ ਬੈਠਾ ਸੀ। ਜਿਉਂ ਜਿਉਂ ਤੂੰ ਬਾਣੀ ਪੜ੍ਹਦਾ ਜਾ ਰਿਹਾ ਸੀ ਨਾ, ਮੈਂ ਜਿੱਥੇ ਆਪ ਬੈਠਾ ਸੀ ਉਹ ਜਗ੍ਹਾ ਛੱਡਦਾ ਜਾ ਰਿਹਾ ਸੀ ਕਿ ਇਹ ਜਗ੍ਹਾ ਮੇਰੇ ਗੁਰਸਿੱਖ ਦੀ ਹੈ। ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਹੈ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤ ਸ਼ਾਹ। ਕਹਿੰਦੇ ਜਿਹਨੂੰ ਨਿਰੰਕਾਰ ਪ੍ਰਭੂ ਪਰਮਾਤਮਾ ਤੂੰ ਆਪਣੀ ਸਿਫਤ, ਆਪਣੇ ਨਾਮ ਦੀ ਦਾਤ ਪ੍ਰਦਾਨ ਕਰ ਦਿੰਦਾ ਹੈ, ਮਹਾਰਾਜ ਉਹ ਦੁਨਿਆਵੀ ਬਾਦਸ਼ਾਹਾਂ ਤੋਂ ਕਿਤੇ ਉੱਚਾ ਉੱਠ ਜਾਂਦਾ ਹੈ, ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 1606 ਈਸਵੀ ਦੇ ਵਿੱਚ ਦੋ ਤਲਵਾਰਾਂ ਬੰਨ੍ਹ ਕੇ ਸਤਿਗੁਰੂ ਪਾਤਸ਼ਾਹ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਦੇ ਨੇ। ਤਖ਼ਤ ਸਾਹਿਬ ਬਣਾਇਆ ਜਾਂਦਾ ਹੈ, ਤਖ਼ਤ ਸਾਹਿਬ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫੁਰਮਾਨ ਕਰਦੇ ਨੇ। ਮੌਕੇ ਦੀ ਹਕੂਮਤ ਨੂੰ ਖਤਰਾ ਪੈ ਜਾਂਦਾ ਹੈ ਕਿ ਇੱਕ ਦਿੱਲੀ ਦਾ ਤਖ਼ਤ ਹੈ ਉਹਦੇ ਤੋਂ ਵੀ ਉੱਚਾ ਤਖ਼ਤ ਕਾਇਮ ਹੋ ਗਿਆ ਹੈ। ਲੋਕ ਜਿਹੜੇ ਸਨ, ਜਿਹੜੇ ਸਿੱਖੀ ਦੇ ਨਾਲ ਈਰਖਾ ਕਰਦੇ ਸਨ, ਜਹਾਂਗੀਰ ਦੇ ਜਾ ਕੇ ਕੰਨ ਭਰਦੇ ਪਏ ਨੇ, ਕਹਿਣ ਲੱਗੇ ਅੱਜ ਉਹਨਾਂ ਨੇ ਤਖ਼ਤ ਬਣਾਇਆ ਹੈ, ਕੱਲ੍ਹ ਨੂੰ ਉਹ ਤੇਰੇ ਤਖ਼ਤ ਦੇ ਉੱਤੇ ਕਬਜ਼ਾ ਵੀ ਕਰ ਸਕਦੇ ਨੇ। ਉਹਨਾਂ ਨੇ ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ ਨੇ, ਉਹ ਘੋੜ ਸਵਾਰੀ ਕਰਦੇ, ਫੌਜਾਂ ਉਹਨਾਂ ਦੇ ਕੋਲ ਨੇ, ਉਹ ਜੰਗੀ ਯੁੱਧ ਸਮਾਨ ਦੇ ਨਾਲ ਲੈਸ ਹੋ ਗਏ ਨੇ, ਉਹ ਤੁਹਾਡੇ ਉੱਤੇ ਕਦੇ ਵੀ ਹਮਲਾ ਕਰ ਸਕਦੇ ਨੇ। ਜਹਾਂਗੀਰ ਨੂੰ ਪੈ ਗਈ ਹੱਥਾਂ ਪੈਰਾਂ ਦੀ, ਉਹਨੇ ਕੋਸ਼ਿਸ਼ ਕੀਤੀ, ਚੰਦੂ ਨੇ ਉਸ ਨੂੰ ਭੜਕਾਇਆ, ਕਿਉਂਕਿ ਚੰਦੂ ਨੂੰ ਵੀ ਇਸ ਗੱਲ ਦਾ ਫਿਕਰ ਸੀ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਦੀ ਤਾਕਤ ਇਵੇਂ ਵੱਧਦੀ ਗਈ, ਜੋ ਮੈਂ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਜੋ ਉਸਨੇ ਰੋਲ ਨਿਭਾਇਆ ਸੀ, ਉਹਦੇ ਵਿੱਚ ਮੈਨੂੰ ਕਦੇ ਵੀ ਸਜ਼ਾ ਮਿਲ ਸਕਦੀ ਹੈ? ਜਹਾਂਗੀਰ ਦੇ ਕੰਨ ਭਰ ਕੇ ਕੁਝ ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ ਕਿ ਇੱਕ ਨਜੂਮੀ ਨੂੰ ਉਸਨੇ ਕੁਝ ਲਾਲਚ ਦਿੱਤਾ, ਜਿਹਨੂੰ ਆਪਾਂ ਜੋਤਸ਼ੀ ਕਹਿੰਦੇ, ਜਿਹਨੂੰ ਆਪਾਂ ਹੱਥ ਵਿਖਾਉਣ ਵਾਲੇ ਪੰਡਿਤ ਪਾਂਡੇ ਕਹਿੰਦੇ, ਜਿਹੜੇ ਆ ਤੁਰੇ ਫਿਰਦੇ ਨੇ, ਲੋਕ ਨਾ ਕਹਿੰਦੇ ਆ ਤੁਹਾਡਾ ਭਵਿੱਖ ਦੱਸੀਏ, ਤੁਹਾਨੂੰ ਦੱਸੀਏ ਤੁਹਾਡਾ ਅੱਗੇ ਹੋਣਾ ਕੀ ਹੈ। ਕਹਿ ਲੱਗੇ ਇੱਕ ਜੋਤਸ਼ੀ ਨੂੰ ਪੈਸੇ ਦਿੱਤੇ, ਚੰਦੂ ਨੇ ਖਰੀਦਿਆ ਅਤੇ ਖਰੀਦ ਕੇ ਜਹਾਂਗੀਰ ਦੇ ਕੋਲ ਲਿਆਣ ਕੇ ਇਹ ਗੱਲ ਕਹੀ ਕਿ ਮਹਾਰਾਜ ਰਾਤ ਸੁਪਨਾ ਆਇਆ ਸੀ, ਸੁਪਨੇ ਦੇ ਵਿੱਚ ਮੈਨੂੰ ਪਤਾ ਲੱਗਾ ਵੀ ਤੁਹਾਡੇ ਉੱਤੇ ਬੜੇ ਵੱਡੇ ਗ੍ਰਹਿ ਚੱਲ ਰਹੇ ਨੇ, ਤੁਹਾਡੇ ਉੱਤੇ ਬੜੀ ਵੱਡੀ ਸਾੜ ਸਦੀ ਹੈ। ਸਾੜ ਸਦੀ ਦਾ ਅਰਥ ਵੀ ਤੁਹਾਡਾ ਬੜਾ ਜੀਵਨ ਦੁੱਖਮਈ ਹੈ ਅਤੇ ਤੁਹਾਡੇ ਜੀਵਨ ਨੂੰ ਖਤਰਾ ਵੀ ਹੈ, ਤੁਹਾਡੀ ਜਾਨ ਨੂੰ ਖਤਰਾ ਵੀ ਹੈ। ਅਤੇ ਜਹਾਂਗੀਰ ਪੁੱਛਦਾ ਵੀ ਇਹਦਾ ਉਪਾਅ ਕੀ ਹੈ, ਇਹਦਾ ਕੀ ਕੀਤਾ ਜਾ ਸਕਦਾ ਹੈ? ਅਤੇ ਚੰਦੂ ਨੇ ਖਰੀਦਿਆ ਹੋਇਆ ਸੀ ਜੋਤਸ਼ੀ ਨੂੰ, ਚੰਦੂ ਜੋ ਬਚਨ ਉਹਨੇ ਕਹੇ ਹੋਏ ਸਨ ਉਹ ਕਹਿਤਾ। ਕਹਿਣ ਲੱਗਾ ਜੇ ਤੁਸੀਂ ਸੱਚਮੁੱਚ ਆਪਣੀ ਜਾਨ ਦੀ ਰੱਖਿਆ ਚਾਹੁੰਦੇ ਹੋ ਤਾਂ ਫਿਰ ਇੰਜ ਕਰੋ ਵੀ ਕਿਸੇ ਇਹੋ ਜਿਹੇ ਮਹਾਂਪੁਰਖ ਨੂੰ ਲੱਭੋ ਜਿਹੜਾ ਤੁਹਾਡੇ ਵਾਸਤੇ ਚਲੀਸਾ ਕੱਟੇ। ਭਾਵੇਂ ਸਿੱਖੀ ਵਿੱਚ ਕੋਈ ਚਲੀਸਿਆਂ ਦੀ ਗੱਲ ਨਹੀਂ ਹੈ, ਇਹ ਇੱਕ ਹਵਾਲਾ ਹੈ ਜੋ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਗਿਆ। ਪਰ ਹਕੂਮਤ ਦੀਆਂ ਅੱਖਾਂ ਵਿੱਚ ਰੜਕਦਾ ਸੀ ਉਹ ਤਖ਼ਤ ਅਤੇ ਉੱਥੋਂ ਨਿਕਲਣ ਵਾਲੇ ਫਰਮਾਨ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ੋਭਾ ਗਿਆ ਹੋਇਆ ਤਾਂ ਸਭ ਕੁਝ ਇਸ ਕਰਕੇ ਸੀ, ਪਰ ਕੁਝ ਗ੍ਰੰਥਾਂ ਵਿੱਚ ਇਹ ਵੀ ਹਵਾਲਾ ਮਿਲਦਾ ਹੈ ਕਿ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਅੰਦਰ ਲਿਜਾਣ ਵਾਸਤੇ ਇਹ ਸਾਜਿਸ਼ ਘੜੀ ਸੀ ਚੰਦੂ ਨੇ, ਕਿ ਜਹਾਂਗੀਰ ਨੂੰ ਇਹ ਕਹਿ ਦਿੱਤਾ ਮਹਾਰਾਜ ਤੁਹਾਡੇ ਵਾਸਤੇ ਭਜਨ ਬੰਦਗੀ ਕਰੇ ਕੋਈ ਉਹ ਵਿਅਕਤੀ ਜਿਹੜਾ ਨਿਰਲੇਪ ਹੋਵੇ ਮਾਇਆ ਤੋਂ, ਜਿਹੜਾ ਸੰਤ ਪਰਮਾਤਮਾ ਨਾਲ ਮੁੜਿਆ ਜੁੜਿਆ ਹੋਵੇ, ਜਿਹਨੂੰ ਲੋਕ ਪੀਰਾਂ ਦਾ ਪੀਰ ਕਹਿੰਦੇ ਹੋਣ, ਜਿਸ ਦੀ ਜ਼ਬਾਨ ਤੋਂ ਨਿਕਲਿਆ ਹੋਇਆ ਬਚਨ ਜਿਹੜਾ ਉਹ ਉਸ ਦੀ ਦਰਗਾਹ ਵਿੱਚ ਵੀ ਸੱਤ ਹੁੰਦਾ ਹੋਵੇ। ਪੁੱਛ ਲਿਆ ਜਹਾਂਗੀਰ ਨੇ ਕੌਣ, ਅਤੇ ਜੋਤਸ਼ੀ ਨੇ ਕਹਿਤਾ ਜੀ ਜਿਹੜਾ ਤੁਹਾਡਾ ਦੋਸਤ ਮਿੱਤਰ ਬਣਿਆ ਹੈ
ਛੇਵਾਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਉਹਨੂੰ ਕਿਉਂ ਨਹੀਂ ਕਹਿੰਦੇ ਕਿ ਉਹ ਤੁਹਾਡੇ ਵਾਸਤੇ ਚਾਲੀਸਾ ਕੱਟੇ, ਤੁਹਾਡੇ ਵਾਸਤੇ ਬਾਣੀ ਪੜ੍ਹੇ, ਤੁਹਾਡੇ ਵਾਸਤੇ ਨਾਮ ਜਪੇ? ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਹਾਂਗੀਰ ਨੇ ਇਹ ਫਰਿਆਦ ਕੀਤੀ ਸੀ, ਕਿਉਂਕਿ ਚੰਦੂ ਜਾਣਦਾ ਸੀ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਇੱਕ ਵਾਰ ਪ੍ਰਵੇਸ਼ ਕਰ ਗਏ ਅਤੇ ਜਿਹੜਾ ਅੱਜ ਤੱਕ ਰਾਜ ਸੀ ਕੈਦੀ ਗਵਾਲੀਅਰ ਦੇ ਕਿਲ੍ਹੇ ਵਿੱਚ ਗਿਆ ਸੀ, ਉਹ ਕਦੇ ਵੀ ਜਿਉਂਦਾ ਵਾਪਸ ਨਹੀਂ ਸੀ ਆਇਆ। ਉਹ ਸਿਰਫ ਅਤੇ ਸਿਰਫ ਜਾਂਦਾ ਜਿਉਂਦਾ ਸੀ, ਨਿਕਲਦੀਆਂ ਉਹਦੀਆਂ ਹੱਡੀਆਂ ਹੀ ਸਨ, ਕਿਉਂਕਿ ਗਵਾਲੀਅਰ ਦੇ ਕਿਲ੍ਹੇ ਦਾ ਵਿਧਾਨ ਇਹ ਸੀ ਵੀ ਜਿੰਨੇ ਰਾਜ ਸੀ ਕੈਦੀ ਉੱਥੇ ਸਨ, ਜਿਹੜੀ ਉਹਨਾਂ ਨੂੰ ਪੁਸ਼ਾਕ ਪਹਿਨਣ ਵਾਸਤੇ ਦਿੱਤੀ ਜਾਂਦੀ ਸੀ ਉਹਦੇ ਵਿੱਚ ਵੀ ਜ਼ਹਿਰ ਲਪੇਟਿਆ ਹੁੰਦਾ ਸੀ, ਜਿਹੜਾ ਉਹਨਾਂ ਨੂੰ ਭੋਜਨ ਦਿੱਤਾ ਜਾਂਦਾ ਸੀ ਉਹਦੇ ਵਿੱਚ ਵੀ ਥੋੜ੍ਹੀ ਥੋੜ੍ਹੀ ਪੋਇਜ਼ਨ ਪਾ ਕੇ ਦਿੱਤੀ ਜਾਂਦੀ ਸੀ, ਤਾਂ ਕਿ ਉਹਨਾਂ ਦੇ ਜਿਸਮ ਦੇ ਉੱਤੇ ਇਸ ਜ਼ਹਿਰ ਦਾ ਅਸਰ ਹੋਵੇ ਅਤੇ ਹੌਲੀ ਹੌਲੀ ਉਹ ਆਪਣੇ ਆਪ ਹੀ ਦਮ ਤੋੜ ਜਾਣ। ਇਸ ਤਰੀਕੇ ਦੇ ਨਾਲ ਉਹ ਬਗਾਵਤ ਨੂੰ ਮਿਟਾਉਣ ਵਾਸਤੇ ਅਤੇ ਉਹਨਾਂ ਰਾਜ ਸੀ ਕੈਦੀਆਂ ਨੂੰ ਮੌਤ ਦੀ ਸਜ਼ਾ ਦੇਣ ਤੋਂ ਬਿਨਾਂ ਹੀ ਖਤਮ ਕਰ ਦਿੰਦੇ ਸਨ, ਅਤੇ ਇਹਦੇ ਮਨ ਦੇ ਅੰਦਰ ਵੀ ਖਿਆਲ ਇਹੀ ਸੀ ਵੀ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਅੰਦਰ ਗਵਾਲੀਅਰ ਦੇ ਕਿਲ੍ਹੇ ਵਿੱਚ ਚੜ ਗਏ, ਮੁੜ ਕੇ ਵਾਪਸ ਨਹੀਂ ਆਉਣ ਦਿੱਤਾ ਜਾਵੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਬਚ ਕੇ ਨਿਕਲਣ ਤੋਂ ਪਹਿਲਾਂ ਐਸਾ ਕੋਈ ਇਤਿਹਾਸ ਵਿੱਚ ਦ੍ਰਿਸ਼ਟਾਂਤ ਨਹੀਂ ਮਿਲਦਾ ਕਿ ਕੋਈ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦੀ ਬਣ ਕੇ ਗਿਆ ਹੋਵੇ ਅਤੇ ਜਿਉਂਦਾ ਵਾਪਸ ਆਇਆ ਹੋਵੇ। ਪਹਿਲੀ ਵਾਰ ਇਤਿਹਾਸ ਵਿੱਚ ਇਹ ਘਟਨਾ ਘਟੀ ਕਿ ਗੁਰੂ ਹਰਗੋਬਿੰਦ ਸਾਹਿਬ ਆਪ ਵੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਏ ਅਤੇ 52 ਪਹਾੜੀ ਰਾਜਿਆਂ ਨੂੰ ਵੀ ਬਾਹਰ ਲੈ ਕੇ ਆਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਜਹਾਂਗੀਰ ਨੇ ਕਿਹਾ, ਕਹਿਣ ਲੱਗਾ ਮੇਰੇ ਉੱਤੇ ਬੜੀ ਸਾਰ ਸਥਿਤੀ ਚੱਲ ਰਹੀ, ਮਿੱਤਰ ਉਹ ਹੁੰਦਾ ਹੈ ਜਿਹੜਾ ਮਿੱਤਰ ਦੇ ਔਖੇ ਸਮੇਂ ਕੰਮ ਆਵੇ। ਨਜੂਮੀ ਕਹਿੰਦਾ ਪਿਆ ਕਿ ਤੁਹਾਡੇ ਵਾਸਤੇ ਕੋਈ ਨਾਮ ਜਪੇ ਅਤੇ ਤੁਹਾਡੀ ਇਹ ਸਾੜ ਸਤੀ ਟਲ ਸਕਦੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਮੁਸਕਰਾ ਕੇ ਇੱਕ ਬਚਨ ਕਿਹਾ ਸੀ ਜਹਾਂਗੀਰ ਨੂੰ, ਜਹਾਂਗੀਰ ਨੂੰ ਕਿਹਾ ਸੀ ਬਾਦਸ਼ਾਹ ਜਿਹੜੇ ਲੋਕਾਂ ਨੇ ਤੈਨੂੰ ਇਹ ਸਲਾਹ ਦੇ ਕੇ ਕਿਹਾ ਨਾ ਕਿ ਤੇਰੇ ਉੱਤੇ ਸਾੜ ਸਤੀ ਆਈ ਹੈ ਅਤੇ ਸਾਡੇ ਅੰਦਰ ਜਾਣ ਨਾਲ ਉਹ ਸਾੜ ਸਤੀ ਕੱਟੀ ਜਾਣੀ ਹੈ, ਕਹਿੰਦੇ ਸਾੜ ਸਤੀ ਤੇਰੇ ਉੱਤੇ ਨਹੀਂ, ਅਸਲ ਵਿੱਚ ਸਾੜ ਸਤੀ ਉਹਨਾਂ ਦੇ ਉੱਤੇ ਆਈ ਪਈ ਹੈ ਅਤੇ ਉਹਨਾਂ ਦੀ ਸਾੜ ਸਤੀ ਦੀ ਘਾਟ ਕੋਈ ਨਹੀਂ ਹੈ। ਨਿਸ਼ਾਨਾ ਚੰਦੂ ਵੱਲ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਇਸ਼ਾਰਾ ਚੰਦੂ ਵੱਲ ਸੀ ਕਿ ਜਿਹੜੀਆਂ ਤੂੰ ਸਾਂਸ਼ਾਂ ਰਚ ਰਿਹਾ ਹੈ ਇਹਨਾਂ ਦੁਆਰਾ ਤੇਰਾ ਬਚਾਅ ਕੋਈ ਨਹੀਂ ਹੋਣਾ, ਜਾਨ ਤੇਰੀ ਖਤਰੇ ਵਿੱਚ ਪਈ ਹੋਈ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਾਂਦੇ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ, ਇਤਿਹਾਸ ਆਪਾਂ ਸਾਰਿਆਂ ਨੇ ਸੁਣਿਆ ਹੋਇਆ, ਨਾ ਗੁਰੂ ਹਰਗੋਬਿੰਦ ਸਾਹਿਬ ਉੱਥੋਂ ਦਾ ਭੋਜਨ ਛਕਦੇ ਨੇ, ਨਾ ਉੱਥੋਂ ਦੀ ਪੁਸ਼ਾਕ ਪਹਿਨਦੇ ਨੇ, ਦੋਨੋਂ ਸਮੇਂ ਉੱਥੇ ਸਤਸੰਗ ਹੁੰਦਾ ਹੈ। ਜਿਹੜੇ ਉਸ ਵੇਲੇ ਦੇ ਪਹਾੜੀ ਰਾਜੇ ਰਾਜਪੂਤ ਰਾਜੇ ਅੰਦਰ ਕੈਦ ਸਨ, ਜਿਹੜੇ ਅੱਜ ਅਕਿਰਤ ਘੰਟਾ ਦਾ ਜਿਨ੍ਹਾਂ ਦੇ ਅੱਗੇ ਪੁੱਤਰ ਧੀਆਂ ਜਿਹੜੇ ਨੇ ਉਹ ਸਬੂਤ ਦੇ ਰਹੇ ਨੇ, ਉਹਨਾਂ ਪਹਾੜੀ ਰਾਜਿਆਂ ਦੀ ਜ਼ਿੰਦਗੀ ਦੁਰਲਭ ਹੋਈ ਪਈ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਬਾਣੀ ਦਾ ਭੋਜਨ ਵੀ ਦਿੰਦੇ ਨੇ, ਨਾਮ ਦਾ ਭੋਜਨ ਵੀ ਦਿੰਦੇ ਨੇ, ਅਤੇ ਜਿਹੜੀ ਸ਼ਾਹੀ ਤਖਤ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਵਾਸਤੇ 500 ਮੋਹਰਾਂ ਜਿਹੜੀਆਂ ਨੇ ਉਹ ਅੰਦਰ ਭੇਜੀਆਂ ਜਾਇਆ ਕਰਨਗੀਆਂ, ਜਿਹਦੇ ਦੁਆਰਾ ਤੁਸੀਂ ਆਪਣਾ ਭੋਜਨ ਪਾਣੀ ਆਪ ਤਿਆਰ ਕਰਵਾ ਸਕਦੇ ਹੋ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸ਼ਾਹੀ ਖਜ਼ਾਨੇ ਵਿੱਚੋਂ ਆਈ ਹੋਈ ਇੱਕ ਵੀ ਮੋਹਰ ਦਾ ਅਸੀਂ ਭੋਜਨ ਨਹੀਂ ਛਕਣਾ, ਕਿਉਂਕਿ ਪਤਾ ਨਹੀਂ ਕਿੰਨੇ ਕੁ ਗਰੀਬਾਂ ਦੀਆਂ ਆਹਾਂ ਇਹਦੇ ਵਿੱਚ ਮਿਲੀਆਂ ਹੋਈਆਂ ਨੇ, ਕਿੰਨੇ ਕੁ ਗਰੀਬਾਂ ਦਾ ਇਹਨਾਂ ਗਲਾ ਕੱਟ ਕੇ ਆਪਣੀਆਂ ਤਜੋਰੀਆਂ ਭਰੀਆਂ ਹੋਈਆਂ ਨੇ, ਮੇਰੇ ਸਿੱਖ ਆਪ ਕਿਰਤ ਕਰਕੇ ਬਾਹਰੋਂ ਕਮਾਈ ਕਰਕੇ ਲੈ ਕੇ ਆਉਣਗੇ, ਉਹ ਭੋਜਨ ਆਪਣੇ ਹੱਥੀਂ ਤਿਆਰ ਕਰਨਗੇ ਅਤੇ ਅਸੀਂ ਉਹ ਭੋਜਨ ਛਕਾਂਗੇ। ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਸਿੰਘ ਤਿੰਨ ਸਤਿਗੁਰੂ ਨਾਲ ਅੰਦਰ ਸਨ, ਦੋ ਬਾਹਰ ਸਨ, ਜਿਨ੍ਹਾਂ ਦੇ ਵਿੱਚੋਂ ਭਾਈ ਜੇਠਾ ਅਤੇ ਭਾਈ ਪਿਆਰਾ, ਇਹ ਦੋਨੋਂ ਗੁਰਸਿੱਖ ਸਿਹੜੇ ਸਨ, ਆਪ ਕੰਮ ਕਰਦੇ ਸਨ ਅਤੇ ਬਾਹਰੋਂ ਮਜ਼ਦੂਰੀ ਕਰਕੇ ਭੋਜਨ ਦੀ ਰਸਤ ਲਿਜਾ ਕੇ ਅੰਦਰ ਗੁਰੂ ਸਾਹਿਬ ਨੂੰ ਭੋਜਨ ਆਪ ਬਣਾ ਕੇ ਛਕਾਉਂਦੇ ਸਨ। ਇਹੀ ਸਿੱਖ ਸਨ ਜਿਹੜੇ ਬਾਅਦ ਵਿੱਚ ਜਹਾਂਗੀਰ ਨੂੰ ਸ਼ੇਰ ਬਣ ਕੇ ਡਰਾਉਂਦੇ ਹਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਹ ਜਿਹੜੀ 500 ਮੋਹਰ ਸ਼ਾਹੀ ਖਜ਼ਾਨੇ ਵੱਲੋਂ ਆਉਂਦੀ ਹੈ ਉਹ ਵੀ ਪਹਾੜੀ ਰਾਜਾਂ ਅਤੇ ਰਾਜਪੂਤਾਂ ਦੇ ਉੱਤੇ ਖਰਚ ਕਰਦੇ ਨੇ, ਭੋਜਨ ਇਹਨਾਂ ਨੂੰ ਵਧੀਆ ਦਿਓ, ਇਹਨਾਂ ਦਾ ਜੀਵਨ ਦੁਰਲਭ ਹੋ ਚੁੱਕਿਆ ਹੈ, ਉਹਨਾਂ ਨੂੰ ਆਤਮਾ ਦੀ ਖੁਰਾਕ ਵੀ ਅਤੇ ਸਰੀਰ ਦੀ ਖੁਰਾਕ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਿੰਦੇ ਨੇ। ਸਮਾਂ ਨਿਕਲਦਿਆ ਗਿਆ, ਬਾਬਾ ਬੁੱਢਾ ਸਾਹਿਬ ਜੀ ਇੱਧਰੋਂ ਕੌਮ ਦੀ ਵਾਂਗ ਡੋਰ ਸੰਭਾਲ ਰਹੇ ਨੇ, ਉਹਨਾਂ ਦੇ ਨਾਲ ਭਾਈ ਗੁਰਦਾਸ ਜੀ ਹਨ। ਇਤਿਹਾਸ ਇਹ ਵੀ ਗੱਲ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਪਿਆਰ ਵਾਲੇ ਗੁਰਸਿੱਖ ਗੁਰੂ ਤੋਂ ਬਿਨਾਂ ਕਿਵੇਂ ਰਹਿ ਸਕਦੇ ਸਨ, ਬੜੇ ਵਿਆਕਲ ਸਨ। ਉਹਨਾਂ ਦਿਨਾਂ ਤੋਂ ਉਹਨਾਂ ਨੇ ਪ੍ਰਭਾਤ ਫੇਰੀਆਂ ਸ਼ੁਰੂ ਕੀਤੀਆਂ ਜਿਹੜੀਆਂ ਅੱਜ ਆਪਾਂ ਕੱਢਦੇ ਹਾਂ, ਜਿਹੜੀਆਂ ਅੰਮ੍ਰਿਤ ਵੇਲੇ ਹਨੇਰੇ ਸਿੱਖ ਸੰਗਤਾਂ ਉੱਠਦੀਆਂ ਨੇ ਅਤੇ ਬਾਣੀ ਪੜ੍ਹਦੀਆਂ ਨੇ, ਸੰਗਤ ਕਰਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਪਿਆਰ ਵਾਲੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ ਅਰਦਾਸ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ, ਹੱਥ ਵਿੱਚ ਮਿਸ਼ਾਲ ਅਤੇ ਝੰਡਾ ਲੈ ਕੇ ਪਿੰਡੋ ਪਿੰਡ ਹੁੰਦੇ ਹੋਏ ਗਵਾਲੀਅਰ ਦੇ ਕਿਲ੍ਹੇ ਤੱਕ ਦਾ ਸਫ਼ਰ ਕਰਦੇ ਨੇ। ਇਤਿਹਾਸਕਾਰ ਕਹਿੰਦੇ ਨੇ ਸੰਗਤਾਂ ਨੂੰ ਨਾਲ ਲੈ ਕੇ ਜਾਂਦੇ ਨੇ, ਬਾਣੀ ਗਾਉਂਦੇ ਹੋਏ ਗਵਾਲੀਅਰ ਦੇ ਕਿਲ੍ਹੇ ਦੀ
ਪਰਿਕਰਮਾ ਕਰਦੇ ਨੇ। ਦਹਲੀਜ਼ ਦੇ ਉੱਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ ਨੇ, ਬਾਬਾ ਬੁੱਢਾ ਸਾਹਿਬ ਦਹਲੀਜ਼ ਦੇ ਉੱਤੇ ਮੱਥਾ ਟੇਕਦੇ ਨੇ। ਕਿਸੇ ਸਿੱਖ ਨੇ ਤਰਕ ਕਰਕੇ ਪੁੱਛ ਲਿਆ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਜੀ ਨੇ ਸ਼ਬਦ ਦੇ ਪੁਜਾਰੀ ਬਣਾਇਆ ਹੈ, ਸਤਿਗੁਰੂ ਜੀ ਤਾਂ ਸਾਨੂੰ ਕਿਹਾ ਸੀ ਗੁਰੂ ਤੋਂ ਬਿਨਾਂ ਹੋਰ ਕਿਸੇ ਚੀਜ਼ ਦੇ ਉੱਤੇ ਮੱਥਾ ਨਹੀਂ ਟੇਕਣਾ, ਤੁਸੀਂ ਇਸ ਦਹਲੀਜ਼ ਦੇ ਇਸ ਪੱਥਰ ਦੇ ਉੱਤੇ ਮੱਥਾ ਕਿਉਂ ਟੇਕਦੇ ਪਏ ਹੋ? ਬਾਬਾ ਬੁੱਢਾ ਸਾਹਿਬ ਨੇ ਇੱਕੋ ਹੀ ਬਚਨ ਕਿਹਾ ਸੀ, ਸਿੱਖਾ ਤੂੰ ਤੈਨੂੰ ਇਹ ਪੱਥਰ ਤੈਨੂੰ ਇਹ ਦਹਲੀਜ਼ ਲੱਗਦੀ ਪਈ ਏ, ਮੈਨੂੰ ਨਜ਼ਰ ਆਉਂਦਾ ਇਸ ਦਹਲੀਜ਼ ਦੇ ਵਿੱਚੋਂ ਪੈਰ ਪੁੱਟ ਕੇ ਮੇਰਾ ਸਤਿਗੁਰੂ ਅੰਦਰ ਗਿਆ ਹੈ, ਅਤੇ ਇੱਕ ਦਿਨ ਇਹੋ ਜਿਹਾ ਆਉਣਾ ਮੱਥਾ ਇਸ ਕਰਕੇ ਟੇਕਦਾ ਪਿਆ ਹਾਂ ਕਿ ਇਸ ਦਹਲੀਜ਼ ਤੋਂ ਪਹਿਲੀ ਵਾਰ ਗੁਰੂ ਹਰਗੋਬਿੰਦ ਸਾਹਿਬ ਦਾ ਪੈਰ ਮੈਨੂੰ ਨਜ਼ਰ ਪੈਣਾ ਹੈ ਜਦੋਂ ਦਹਲੀਜ਼ ਤੋਂ ਸਤਿਗੁਰੂ ਜੀ ਨੇ ਬਾਹਰ ਆਉਣਾ ਹੈ। ਮੈਂ ਉਹਨਾਂ ਦੇ ਸਨਮਾਨ ਦੇ ਵਿੱਚ ਮੈਂ ਉਹਨਾਂ ਨੂੰ ਆਪਣਾ ਸਜਦਾ ਭੇਟ ਕਰਦਿਆਂ ਉਹਨਾਂ ਨੂੰ ਮੱਥਾ ਟੇਕ ਰਿਹਾ, ਨਾ ਕਿ ਦਹਲੀਜ਼ ਦੇ ਉੱਤੇ ਸਿਰ ਰਗੜ ਰਿਹਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਫਰਮਾਨ ਜਾਰੀ ਹੁੰਦਾ ਉਦੋਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਕਹਿੰਦੇ ਨੇ, ਕਹਿੰਦੇ ਲੰਬੇਰਾ ਸਮਾਂ ਹੋ ਗਿਆ ਲਾਲ ਆਇਆ ਨਹੀਂ, ਅਤੇ ਸਤਿਗੁਰੂ ਜੀ ਦੇ ਉਹ ਪਿਆਰ ਵਾਲੇ ਗੁਰਸਿੱਖ ਬਿਉਂਤ ਬਣਾਉਂਦੇ ਨੇ। ਇਤਿਹਾਸਕਾਰ ਕਹਿੰਦੇ ਨੇ ਤਖ਼ਤ ਦਾ ਮਾਲਕ ਜਹਾਂਗੀਰ ਜਦੋਂ ਸੇਜ ਦੇ ਉੱਤੇ ਸੁੱਤਾ ਪਿਆ ਹੈ ਅਤੇ ਉਹਨੂੰ ਐਂ ਪ੍ਰਤੀਤ ਹੁੰਦਾ ਹੈ ਕਿ ਉਹਦੀ ਛਾਤੀ ਦੇ ਉੱਤੇ ਆ ਕੇ ਸ਼ੇਰ ਬੈਠ ਗਿਆ ਹੈ, ਅਤੇ ਸ਼ੇਰ ਆਵਾਜ਼ ਨਾਲ ਗੱਜਦਾ ਹੈ ਕਿ ਸੱਚ ਦਾ ਰੂਪ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰ, ਨਹੀਂ ਤੇ ਤੇਰੀ ਮੌਤ ਹੈ। ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਨਾਂ ਲੈਂਦੇ ਨੇ ਉਹ ਸ਼ੇਰ, ਅਤੇ ਉਹਨਾਂ ਸ਼ੇਰਾਂ ਦੇ ਵਿੱਚੋਂ ਉਹਨੂੰ ਸਰੂਪ ਨਜ਼ਰ ਆਉਂਦੇ ਨੇ, ਉਹ ਸਰੂਪ ਦੋ ਸਿੱਖਾਂ ਦੇ ਨੇ, ਭਾਈ ਜੇਠਾ ਅਤੇ ਭਾਈ ਪਿਆਰਾ, ਜਿਹੜੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਹਨ। ਅਤੇ ਅੰਦਰੋਂ ਕੂਕ ਨਿਕਲਦੀ ਹੈ, ਕਹਿੰਦੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇੱਕ ਵਾਰ ਮੈਨੂੰ ਬਚਾਲਾ। ਜਦੋਂ ਜਹਾਂਗੀਰ ਦੀ ਜ਼ਬਾਨ ਦੇ ਉੱਤੋਂ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਨਿਕਲਦਾ ਹੈ, ਛਾਤੀ ਉੱਤੇ ਬੈਠੇ ਹੋਏ ਸ਼ੇਰ ਅਲੋਪ ਹੋ ਜਾਂਦੇ ਹਨ। ਇੱਕ ਦੋ ਦਿਨ ਦੀਆਂ ਘਟਨਾ ਇਹੋ ਜਿਹੀਆਂ ਘਟਦੀਆਂ ਨੇ। ਸਾਈ ਮੀਆਂ ਮੀਰ ਆ ਕੇ ਕਹਿੰਦੇ ਨੇ ਜੇ ਸੱਚ ਨੂੰ ਕੈਦ ਵਿੱਚ ਰੱਖੇਗਾ ਤੇਰਾ ਇਹੀਓ ਹਾਲ ਹੋਏਗਾ। ਜਿਨ੍ਹਾਂ ਨੇ ਵੀ ਅੱਜ ਤੱਕ ਸੱਚ ਦੇ ਨਾਲ ਆਡਾ ਲਾਇਆ ਹੈ ਉਹ ਚੈਨ ਦੀ ਨੀਂਦ ਨਹੀਂ ਸੁੱਤੇ। ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਮੁਕਾਬਲੇ ਬਣਾਏ, ਜਿਨ੍ਹਾਂ ਨੇ ਨੌਜਵਾਨਾਂ ਦੀਆਂ ਸ਼ਹੀਦੀਆਂ ਦੇ ਵਾਸਤੇ ਮੁੱਖ ਕਾਰਨ ਬਣੇ, ਅੱਜ ਉਹ ਲੋਕ ਕਰਲਾਉਂਦੇ ਪਏ ਨੇ, ਨੀਂਦਾਂ ਨਹੀਂ ਆਉਂਦੀਆਂ ਉਹਨਾਂ ਨੂੰ, ਰਾਤ ਨੂੰ ਕੋਈ ਉਹ ਸਭ ਕੁਝ ਦਿਖਦਾ ਜੋ ਉਹਨਾਂ ਨੇ ਕੀਤਾ ਹੈ, ਕਿਉਂਕਿ ਦਿੱਤਾ ਲਈਏ ਆਪਣਾ ਅਣ ਦਿੱਤਾ ਕੁਛ ਹੱਥ ਨਾ ਆਵੇ, ਜੋ ਇਸ ਸੰਸਾਰ ਦੇ ਅੰਦਰ ਅਸੀਂ ਕਰਾਂਗੇ ਉਹਦਾ ਫਲ ਸਾਨੂੰ ਭੋਗਣਾ ਪਏਗਾ। ਮੰਦਾ ਕਰਾਂਗੇ ਤੇ ਮੰਦਾ ਹੀ ਫਲ ਪੈਣਾ ਹੈ, ਖੇਤ ਵਿੱਚ ਜਿਹੋ ਜਿਹਾ ਬੀਜ ਬੀਜਾਂਗੇ ਫਲ ਉਹੋ ਜਿਹਾ ਹੀ ਮਿਲਣਾ ਹੈ। ਬੀਜੇ ਦਾਖ ਬਜੂਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਸਤਿਗੁਰੂ ਜੀ ਨੇ ਵਜਰ ਕਰ ਦਿੱਤਾ, ਕਹਿਣ ਲੱਗੇ ਬੀਜੇ ਕਿੱਕਰ ਤੇ ਦਾਖ ਬਜੂਰੀਆਂ ਦੀ ਮੰਗ ਕਰੇ ਐਸਾ ਕਦੇ ਨਹੀਂ ਹੋਇਆ। ਦਾਖਾਂ ਨੂੰ ਦਾਖਾਂ ਹੀ ਲੱਗਣੀਆਂ ਨੇ, ਅੰਬਾਂ ਨੂੰ ਅੰਬ ਹੀ ਲੱਗਣੇ ਨੇ ਤੇ ਅੱਕਾਂ ਨੂੰ ਅੱਕ ਜ਼ਹਿਰ ਹੀ ਲੱਗਣਾ ਹੈ। ਇਸ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲਿਆ ਤੇ ਉਹ ਅਲੋਪ ਹੋ ਗਏ। ਸਾਈਂ ਮੀਆਂ ਮੀਰ ਨੇ ਕਿਹਾ, ਕਹਿਣ ਲੱਗੇ ਸੱਚ ਨੂੰ ਆਜ਼ਾਦ ਕਰੇਗਾ ਤੇ ਜੀਵਨ ਦੇ ਅੰਦਰ ਤੇਰੇ ਵੀ ਦੁੱਖਾਂ ਦਾ ਹਰਨ ਹੋਏਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਜ਼ਾਦੀ ਵਾਸਤੇ ਰਿਹਾਈ ਵਾਸਤੇ ਫਰਮਾਨ ਲਿਖ ਕੇ ਭੇਜਦੇ ਨੇ। ਦਰੋਗੇ ਹਰਦਾਸ ਦੇ ਕੋਲ ਜਾਂਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਾਰਗ ਕਹਿੰਦੇ ਹੁਣ ਅਸੀਂ ਨਹੀਂ ਜਾਣਾ, ਜਿੰਨੇ ਇਹਨਾਂ ਜਿਨ੍ਹਾਂ ਨੇ ਸਾਡਾ ਅੰਚਲ ਪਕੜਿਆ ਨਾ, ਬਾਣੀ ਦਾ ਅੰਚਲ ਪਕੜਿਆ, ਜਿਨ੍ਹਾਂ ਨੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਹੜੇ ਗੁਰੂ ਨਾਨਕ ਦੇ ਘਰ ਦੇ ਆਸਰੇ ਪਰਨੇ ਪੈ ਗਏ ਨੇ, ਇਹਨਾਂ ਨੂੰ ਹੁਣ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਣਾ, ਕਿਉਂਕਿ ਗੁਰੂ ਆਪਣੇ ਸਿੱਖ ਨੂੰ ਕਦੇ ਇਕੱਲਿਆਂ ਨਹੀਂ ਛੱਡਦਾ। ਸਾਡਾ ਵਿਸ਼ਵਾਸ ਡਗਮਗਾ ਜਾਂਦਾ ਹੈ ਜਿਹੜਾ ਗੁਰੂ ਦੇ ਉੱਤੇ ਭਰੋਸਾ ਰੱਖਦਾ, ਗੁਰੂ ਤਾਂ ਉਹਨੂੰ ਤਪਦੇ ਥੰਮਾਂ ਦੇ ਤੋਂ ਹੀ ਬਚਾ ਲੈਂਦਾ ਹੈ, ਤਪਦੇ ਕੜਾਹਾਂ ਦੇ ਵਿੱਚੋਂ ਹੀ ਬਚਾ ਲੈਂਦਾ ਹੈ, ਬਲਦੀਆਂ ਭੱਠਾਂ ਦੇ ਵਿੱਚ ਵੀ ਉਹਦੀ ਰੱਖਿਆ ਕਰਦਾ ਹੈ, ਗੁਰੂ ਹਰ ਥਾਂ ਦੇ ਉੱਤੇ ਬੌੜੀ ਕਰਦਾ। ਬਸ ਸਿੱਖ ਦਾ ਵਿਸ਼ਵਾਸ ਕਾਇਮ ਰਹੇ ਸੀ, ਗੁਰੂ ਹਰ ਥਾਂ ਦੇ ਉੱਤੇ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਣ ਗਏ ਸਾਡੇ ਸਿੱਖ, ਇਹਨਾਂ ਨੂੰ ਇਕੱਲੇ ਨਹੀਂ ਛੱਡ ਸਕਦੇ, ਹੁਣ ਇਹਨਾਂ ਨੇ ਬਾਂਹ ਫੜੀ ਹੈ ਇਹਨਾਂ ਦੀ, ਅਤੇ ਇਹਨਾਂ ਦੀ ਬਾਂਹ ਫੜੀ ਦੀ ਅਸੀਂ ਲਾਜ ਨਿਭਾਉਣੀ ਹੈ, ਕਿਉਂਕਿ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋਟੀਏ। ਮਰਦ ਉਹ ਹੁੰਦਾ ਜਿਹਨੇ ਇੱਕ ਵਾਰ ਵਚਨ ਕਰ ਦਿੱਤਾ ਅਤੇ ਉਹਦੇ ਉੱਤੇ ਪਹਿਰਾ ਦੇਵੇ। ਸਾਡੇ ਮਰੀਦ ਸਾਡੇ ਸਿੱਖ ਬਣ ਗਏ, ਹੁਣ ਇਹਨਾਂ ਦੀ ਬੌੜੀ ਅਸੀਂ ਕਰਨੀ ਹੈ। ਉਨੀ ਦੇਰ ਤੱਕ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਨਹੀਂ ਜਾਣਾ ਜਿੰਨੀ ਦੇਰ ਤੱਕ ਤੁਸੀਂ ਇਹਨਾਂ ਨੂੰ ਰਿਹਾ ਨਹੀਂ ਕਰਦੇ। ਫੁਰਮਾਨ ਆ ਗਿਆ ਜੀ, ਜਿੰਨੇ ਤੁਹਾਡਾ ਪੱਲਾ ਪਕੜ ਲੈਣ ਉਹ ਬਾਹਰ ਆ ਸਕਦੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਪਹਿਨਿਆ, ਇੱਕ ਇੱਕ ਕਲੀ ਪਕੜਾ ਕੇ ਉਹਨਾਂ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਲੈ ਕੇ ਆਉਂਦਾ। ਮੈਂ ਇਹ ਸਮਝਦਾ ਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਜਿੰਨੇ ਅੰਚਲ ਪਕੜ ਲਿਆ, ਪੱਲਾ ਪਕੜ ਲਿਆ, ਮਤ ਸੋਚਿਓ ਉਹ ਸਿਰਫ ਸੰਸਾਰੀ ਕੈਦ ਦੇ ਵਿੱਚੋਂ ਰਿਹਾ ਹੋਇਆ,
ਬਲਕਿ ਉਹ ਤਾਂ ਸੰਸਾਰ ਸਮੁੰਦਰ ਤੋਂ ਵੀ ਪਾਰ ਹੋ ਗਿਆ। ਉਹਦੀਆਂ ਤਾਂ ਜਨਮਾਂ ਜਨਮਾਤਰਾਂ ਦੀ ਸਰੀਰਾਂ ਦੀ ਕੈਦ ਮੁੱਕ ਗਈ, ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ, ਉਹਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿੰਦਾ। ਗੁਰੂ ਨੇ ਆਪਣਾ ਅੰਚਲ ਪਕੜਾ ਕੇ ਸੰਸਾਰੀ ਕੈਦ ਵੀ ਕਟਾਈ ਅਤੇ ਉਹਨਾਂ ਨੂੰ ਰੱਬ ਦੇ ਘਰ ਨਾਲ ਵੀ ਜੋੜਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਹੌਲੀ ਹੌਲੀ ਪੜਾਵ ਦਰ ਪੜਾਵ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੇ ਨੇ। ਅੱਜ ਉਹ ਦਿਹਾੜਾ ਗੁਰੂ ਦੀਆਂ ਸਿੱਖ ਸੰਗਤਾਂ ਇਸ ਦਿਹਾੜੇ ਦੇ ਉੱਤੇ ਇਸ ਕਰਕੇ ਦੀਪਮਾਲਾ ਕਰਦੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਪਰਉਪਕਾਰਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ। ਰੋਜ਼ਾਨਾ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਸਨ, ਚੌਂਕੀਆਂ ਕੱਢੀਆਂ ਜਾਂਦੀਆਂ ਸਨ, ਗੁਰੂ ਹਰਗੋਬਿੰਦ ਸਾਹਿਬ ਦਾ ਸ਼ਸਤਰ ਪਕੜ ਕੇ ਬਾਬਾ ਬੁੱਢਾ ਸਾਹਿਬ ਅੱਗੇ ਤੁਰਦੇ ਸਨ, ਗੁਰੂ ਦੀਆਂ ਸਿੱਖ ਸੰਗਤਾਂ ਉਹਨਾਂ ਦੇ ਪਿੱਛੇ ਤੁਰਦੀਆਂ ਸਨ। ਹਰਿਮੰਦਰ ਸਾਹਿਬ ਅੰਦਰ ਆ ਕੇ ਅਰਦਾਸ ਕੀਤੀ ਜਾਂਦੀ ਸੀ ਕਿ ਸਤਿਗੁਰੂ ਕਰੋ ਕਿਰਪਾ, ਸਾਨੂੰ ਗੁਰੂ ਦੇ ਦੀਦਾਰ ਹੋਣ। ਔਰ ਅੱਜ ਵੀ ਸਾਧ ਸੰਗਤ ਜੀ ਇਹ ਪਰੰਪਰਾ ਜਾਰੀ ਹੈ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਪਸ ਪਰਤੇ ਅੰਮ੍ਰਿਤਸਰ ਸਾਹਿਬ, ਚੌਂਕੀ ਕੱਢਣ ਵਾਸਤੇ ਸਿੱਖਾਂ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਜੀ ਚੌਂਕੀ ਕੱਢੀਏ। ਅਤੇ ਬਾਬਾ ਬੁੱਢਾ ਸਾਹਿਬ ਨੇ ਇੱਕ ਬਚਨ ਕੀਤਾ ਸੀ, ਕਹਿਣ ਲੱਗੇ ਸਿੱਖੋ ਚੌਂਕੀ ਤਾਂ ਕੱਢਦੇ ਸਾਂ ਗੁਰੂ ਵਾਸਤੇ, ਗੁਰੂ ਅੱਜ ਆ ਗਿਆ, ਹੁਣ ਚੌਂਕੀ ਦੀ ਲੋੜ ਨਹੀਂ ਹੈ। ਅਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ, ਬਾਬਾ ਜੀ ਨਹੀਂ, ਤੁਹਾਡੀਆਂ ਚੌਂਕੀਆਂ ਜੁਗੋ ਜੁਗ ਅਟਲ। ਅੱਜ ਵੀ ਸਿੱਖ ਅਰਦਾਸ ਦੇ ਵਿੱਚ ਇਹ ਬਚਨ ਬੋਲਦਾ ਹੈ, ਸਿੱਖਾਂ ਦੇ ਝੰਡੇ ਬੁੰਗੇ ਚੌਂਕੀਆਂ ਜੁਗੋ ਜੁਗ ਅਟਲ। ਅਰਦਾਸ ਵਿੱਚ ਇਹ ਬਚਨ ਨਿਸ਼ਚਿਤ ਕਰ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਬਾਬਾ ਜੀ ਚੌਂਕੀ ਕੱਢੋ, ਤੁਹਾਡੀ ਚੌਂਕੀ ਜੁਗੋ ਜੁਗ ਅਟਲ, ਇਹ ਕਦੇ ਬੰਦ ਨਹੀਂ ਹੋਏਗੀ। ਅਤੇ ਇੱਕ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਹੋਰ ਕੀਤਾ ਸੀ, ਕਹਿਣ ਲੱਗੇ ਇਸ ਚੌਂਕੀ ਦੇ ਵਿੱਚ ਇਕੱਲੇ ਸਿੱਖ ਨਹੀਂ ਹੋਇਆ ਕਰਨਗੇ, ਇਸ ਚੌਂਕੀ ਦੇ ਵਿੱਚ ਹਮੇਸ਼ਾ ਮੈਂ ਵੀ ਹਾਜ਼ਰ ਹੋਇਆ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਸ ਚੌਂਕੀ ਵਿੱਚ ਮੈਂ ਵੀ ਹਾਜ਼ਰੀ ਭਰਾਂਗਾ। ਤਾਂਹੀਓ ਅੱਜ ਜਦੋਂ ਹਰਿਮੰਦਰ ਸਾਹਿਬ ਉਹ ਚੌਂਕੀ ਜਾਂਦੀ ਹੈ, ਗੁਰੂ ਕੇ ਕੀਰਤਨੀਏ ਕੀਰਤਨ ਬੰਦ ਕਰ ਦਿੰਦੇ ਹਨ। ਅਰਦਾਸੀਏ ਤੋਂ ਬਿਨਾਂ ਹਰਿਮੰਦਰ ਸਾਹਿਬ ਦੇ ਅੰਦਰ ਮਰਿਆਦਾ ਹੈ ਕਿ ਹੋਰ ਕੋਈ ਅਰਦਾਸ ਨਹੀਂ ਕਰ ਸਕਦਾ। ਅਰਦਾਸੀਏ ਨਿਸ਼ਚਿਤ ਹਨ, ਚੌਰ ਬਰਦਾਰ ਨਿਸ਼ਚਿਤ ਹਨ, ਗ੍ਰੰਥੀ ਸਾਹਿਬਾਨ ਜਿਹਨਾਂ ਨੂੰ ਆਪਾਂ ਸਿੰਘ ਸਾਹਿਬ ਕਹਿੰਦੇ, ਉਹਨਾਂ ਤੋਂ ਬਿਨਾਂ ਕੋਈ ਉੱਥੇ ਬਾਣੀ ਪੜ੍ਹ ਕੇ ਹੁਕਮਨਾਮਾ ਨਹੀਂ ਲੈ ਸਕਦਾ। ਇਹ ਮਰਿਆਦਾ ਹੈ ਹਰਿਮੰਦਰ ਸਾਹਿਬ ਦੀ। ਪਰ ਇੱਕੋ ਇੱਕ ਗੱਲ ਹੈ ਕਿ ਜਦੋਂ ਇਹ ਚੌਂਕੀ ਬਾਬਾ ਬੁੱਢਾ ਸਾਹਿਬ ਜੀ ਦੀ ਆਉਂਦੀ ਹੈ, ਉਦੋਂ ਅਰਦਾਸੀਏ ਅਰਦਾਸ ਨਹੀਂ ਕਰਦੇ, ਉਦੋਂ ਕੀਰਤਨ ਵਾਲੇ ਕੀਰਤਨ ਰੋਕ ਦਿੰਦੇ ਹਨ, ਅਤੇ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਵਿੱਚ ਆਏ ਹੋਏ ਸਿੱਖ ਆਪ ਅਰਦਾਸ ਕਰਦੇ ਨੇ, ਸਾਰੀ ਸੰਗਤ ਉਸ ਅਰਦਾਸ ਵਿੱਚ ਸ਼ਾਮਿਲ ਹੁੰਦੀ ਹੈ। ਇਹ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਬਖਸ਼ਾਂ। ਗੁਰੂ ਹਰਗੋਬਿੰਦ ਸਾਹਿਬ ਜੀ ਲਈ ਅੱਗੇ ਅਰਦਾਸ ਕਰੀਏ ਮਹਾਰਾਜ, ਜਿਵੇਂ ਤੁਸੀਂ ਉਹਨਾਂ ਨੂੰ ਆਪਣਾ ਅੰਚਲ ਪਕੜਾ ਕੇ ਉਹਨਾਂ ਦੀ ਕੈਦ ਕਟਾਈ ਸੀ, ਸਾਡੀ ਕੌਮ ਵੀ ਕੈਦ ਵਿੱਚ ਪਈ ਹੋਈ ਹੈ। ਉਹ ਗੁਲਾਮ ਸਨ, ਤੁਸੀਂ ਉਹਨਾਂ ਦੀ ਗੁਲਾਮੀ ਦੂਰ ਕਰਕੇ ਆਜ਼ਾਦੀ ਦਿਵਾ ਦਿੱਤੀ, ਮਹਾਰਾਜ ਅੱਜ ਸਾਡੀ ਕੌਮ ਵੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਚਰਨਾਂ 'ਚ ਅਰਦਾਸ ਹੈ, ਆਪਣੇ ਪੰਥ ਦੀ ਬੌੜੀ ਕਰੋ, ਆਪਣੇ ਸ਼ਬਦ ਦਾ ਅੰਚਲ ਪਕੜਾ ਕੇ ਆਪਣੀ ਕੌਮ ਨੂੰ ਆਜ਼ਾਦੀ ਬਖਸ਼ਿਸ਼ ਕਰੋ, ਸਿੱਖਾਂ ਨੂੰ ਆਪਣਾ ਰਾਜ ਭਾਗ ਪ੍ਰਾਪਤ ਹੋਵੇ, ਤਾਂ ਕਿ ਇਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ। ਗੁਰੂ ਹਰਗੋਬਿੰਦ ਸਾਹਿਬ ਦੇ ਬਖਸ਼ਾਂ ਭਰੇ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਹੋਏ ਕਿਸੇ ਭੁੱਲ ਗਲਤੀ ਨੂੰ ਖਿਮਾ ਕਰਦਿਆਂ ਬੁਲਾਓ ਪਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।